ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇੱਕ ਸੁਰ ਹੋ ਕੇ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ। ਕੋਈ ਰਸਨਾ ਬਾਜੀ ਨਾ ਰਹੇ ਪ੍ਰੇਮ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਆਪ ਕਈ ਵਾਰੀ ਪੜ੍ਹਦੇ ਹੋ ਸੁਣਦੇ ਹੋ ਬੂਤਾ ਮਾਤਾ ਕੀ ਆਸੀਸ। ਜਦੋਂ ਇਹ ਸ਼ਬਦ ਪੜ੍ਹਿਆ ਜਾਂਦਾ ਹੈ ਉਦੋਂ ਇੱਕੋ ਦਮ ਧਿਆਨ ਜਾਂਦਾ ਹੈ ਕਿ ਇਹ ਸ਼ਬਦ ਗੁਰੂ ਸਾਹਿਬ ਜੀ ਨੇ ਸੰਤਾਨ ਦੇ ਸੰਬੰਧ ਵਿੱਚ ਉਚਾਰਨ ਕੀਤਾ ਹੈ, ਕਿਉਂਕਿ ਸ਼ਬਦ ਹੈ ਉੱਥੇ ਪੂਤਾ ਮਾਤਾ ਕੀ ਆਸੀਸ। ਤੇ ਆਪਾਂ ਵੀ ਕਹਿੰਦੇ ਹਾਂ ਕਿ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਸ ਸ਼ਬਦ ਦੇ ਨਾਲ ਇਹ ਵੀ ਯਾਦ ਦਿਵਾਇਆ ਕਿ ਮਾਂ ਦੀ ਆਸੀਸ ਹੈ ਪੁੱਤਰ ਤੈਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਰਾਈ ਮਾਤਰ ਵੀ ਵਿਸਤਰੇ ਨਾ। ਜਿੰਨੀ ਵਾਰ ਵੀ ਤੁਸੀਂ ਸ਼ਬਦ ਸੁਣਿਆ ਉਦੋਂ ਧਿਆਨ ਜਾਂਦਾ ਹੈ ਸੰਤਾਨ ਵੱਲ, ਪੁੱਤਰ ਵੱਲ, ਧੀਆਂ ਵੱਲ, ਜਨਮ ਦਿਨ 'ਤੇ, ਬੱਚੇ ਦੇ ਜਨਮ 'ਤੇ, ਘਰ ਦੇ ਵਿੱਚ ਜੀ ਆਇਆ ਉਦੋਂ ਇਹ ਸ਼ਬਦ ਵਾਰ ਵਾਰ ਪੜ੍ਹਿਆ ਜਾਂਦਾ ਹੈ। ਪਰ ਨਹੀਂ ਧਿਆਨ ਦਿੱਤਾ ਅਸੀਂ ਇਸ ਸ਼ਬਦ ਵੱਲ ਕਿ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਦੋ ਨਵੀਆਂ ਗੱਲਾਂ ਸਾਹਮਣੇ ਰੱਖੀਆਂ। ਵੈਸੇ ਇੱਕ ਪੰਕਤੀ ਵਿੱਚ ਗੁਰਦੇਵ ਜੀ ਦੇ ਬਚਨਾਂ ਵਿੱਚ ਨਵੀਨਤਾ ਹੈ, ਪਰ ਇੱਕ ਅੱਜ ਆਪਾਂ ਹੋਰ ਸਿੱਖਿਆ ਇਸ ਸ਼ਬਦ ਵਿੱਚੋਂ ਲੈਣੀ ਹੈ। ਪਹਿਲੀ ਗੱਲ ਤਾਂ ਸਾਨੂੰ ਸਭ ਨੂੰ ਪਤਾ ਲੱਗ ਗਿਆ ਕਿ ਪੁੱਤਰਾਂ ਵਾਸਤੇ, ਧੀਆਂ ਵਾਸਤੇ, ਬੱਚਿਆਂ ਵਾਸਤੇ ਇੱਕ ਅਸੀਸ ਦੇ ਤੌਰ 'ਤੇ ਸ਼ਬਦ ਪੜ੍ਹਿਆ ਜਾਂਦਾ ਹੈ ਪੁੱਤਾਂ ਮਾਤਾ ਕੀ ਅਸੀਸ। ਪਰ ਹੋਰ ਜਦੋਂ ਪਿੱਛੇ ਚੱਲਾਂਗੇ ਇਹ ਸਿਰਫ ਪੁੱਤਰਾਂ ਵਾਸਤੇ ਹੀ ਨਹੀਂ ਹੈ, ਬੱਚਿਆਂ ਵਾਸਤੇ ਸ਼ਬਦ ਨਹੀਂ ਹੈ। ਹਾਂ ਪੜ੍ਹੀਏ ਅਸੀਂ ਜ਼ਰੂਰ, ਬੱਚਿਆਂ ਨੂੰ ਸਿੱਖਿਆ ਦੇਈਏ ਕਿ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਅਸੀਸ ਦੇਈਏ ਅਸੀਂ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਬਰੀਕ ਇਹ ਅਸੀਸ ਦੇਈਏ।
ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਪਰ ਇੱਥੇ ਗੁਰੂ ਸਾਹਿਬ ਜੀ ਨੇ ਇਹ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਕਹੀ ਹੈ। ਇਹ ਸ਼ਬਦ ਪੁੱਤਰਾਂ ਵਾਸਤੇ ਵੀ ਹੈ ਤੇ ਇਹ ਸ਼ਬਦ ਪਿੱਤਰਾਂ ਵਾਸਤੇ ਵੀ ਹੈ। ਪਿੱਤਰ ਦਾ ਅਰਥ ਹੁੰਦਾ ਹੈ ਜਿਹੜੇ ਸਾਡੇ ਬੀਤ ਚੁੱਕੇ ਹਨ, ਸਾਡੇ ਤੋਂ ਪਹਿਲਾਂ ਜਿਹੜੇ ਹੋ ਚੁੱਕੇ ਹਨ। ਇਹ ਸ਼ਬਦ ਉਹਨਾਂ ਵਾਸਤੇ ਵੀ ਹੈ। ਵੈਸੇ ਸਮਾਜ ਦੇ ਵਿੱਚ ਆਮ ਕਰਕੇ ਪ੍ਰਚਲਿਤ ਤਾਂ ਇਹ ਹੁੰਦਾ ਹੈ ਕਿ ਜਦੋਂ ਕੋਈ ਜੀਵ ਚੜ੍ਹਾਈ ਕਰਦਾ ਹੈ, ਕੋਈ ਬਜ਼ੁਰਗ ਚੜ੍ਹਾਈ ਕਰਦਾ ਹੈ, ਅਸੀਂ ਉਹਦੇ ਨਾਲ ਸੰਬੰਧਿਤ ਵਰੀਣੇ ਦੀ ਰਸਮ, ਬਰਸੀ ਦੀ ਰਸਮ, ਭੋਗ ਦੀ ਰਸਮ, ਬੜਾ ਕੁਛ ਕਰਦੇ ਹਾਂ। ਪਰ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦੇਖੋ ਕਿਰਪਾ ਕੀ ਕੀਤੀ, ਪੁੱਤਰ ਤੈਨੂੰ ਰੱਬ ਵਿਸਰੇ ਨਾ। ਜਦੋਂ ਤੂੰ ਰੱਬ ਨੂੰ ਚੇਤੇ ਕਰੇਗਾ ਤਾਂ ਤੇਰੇ ਪਿੱਛੇ ਬੈਠੇ ਬਜ਼ੁਰਗ ਜਿਹੜੇ ਬੀਤ ਚੁੱਕੇ ਹਨ ਉਹਨਾਂ ਦਾ ਵੀ ਉਧਾਰ ਹੋਵੇਗਾ। ਕਿਉਂਕਿ ਸ਼ਬਦ ਦੀ ਪਹਿਲੀ ਪੰਕਤੀ ਹੈ, ਜਿਸ ਸਿਮਰਤ ਸਭ ਕਿਲ ਵਿੱਚ ਨਾਸੈ ਪਿੱਤਰੀ ਹੋਏ ਉਧਾਰੋ। ਸ਼ਬਦ ਪੁੱਤਰਾਂ ਨੂੰ ਸੁਣਾਇਆ ਜਾ ਰਿਹਾ, ਬੱਚਿਆਂ ਨੂੰ, ਸੰਤਾਨ ਨੂੰ ਸ਼ਬਦ ਸੁਣਾਇਆ ਜਾ ਰਿਹਾ ਹੈ। ਪਰ ਕਿਹਾ ਜਾ ਰਿਹਾ ਕਿ ਜਿਸ ਸਿਮਰਤ ਸਭ ਕਿਲ ਵਿੱਚ ਨਾਸੈ ਪਿੱਤਰੀ ਜਿਹੜੇ ਪਿੱਛੇ ਹਨ, ਬੀਤ ਚੁੱਕੇ ਹਨ, ਉਹਨਾਂ ਦਾ ਵੀ ਉਧਾਰ ਹੋ ਸਕੇ। ਪਰ ਇੱਥੇ ਸੋਚਣਾ ਪਵੇਗਾ ਪੁੱਤਰਾਂ ਨੂੰ ਸ਼ਬਦ ਸੁਣਾ ਕੇ ਪਿੱਤਰਾਂ ਦਾ ਕਿਵੇਂ ਉਧਾਰ ਹੋ ਸਕਦਾ ਹੈ। ਸ਼ਬਦ ਅਸੀਂ ਬੱਚਿਆਂ ਨੂੰ ਸੁਣਾ ਰਹੇ ਹਾਂ, ਘਰ ਵਿੱਚ ਧੀ ਦਾ, ਬੱਚੀ ਦਾ ਜਨਮ ਦਿਨ ਹੈ, ਪੁੱਤਰ ਦਾ ਜਨਮ ਦਿਨ ਹੈ, ਸਿੱਖਿਆ ਉਹਨੂੰ ਦਿੱਤੀ ਜਾ ਰਹੀ ਹੈ, ਪਰ ਪਿੱਤਰਾਂ ਦਾ ਕਿਵੇਂ ਉਧਾਰ ਹੋਵੇਗਾ। ਜੇ ਸਾਡੇ ਪਿੱਤਰਾਂ ਨੇ ਨਾਮ ਨਹੀਂ ਜਪਿਆ, ਕੋਈ ਸੰਗਤ ਨਹੀਂ ਕੀਤੀ, ਕੋਈ ਅਮਰ ਦੇ ਨਾਲ ਸਾਂਝ ਨਹੀਂ ਪਾਈ, ਨਾ ਬਾਣੀ ਦੇ ਨਾਲ ਸਾਂਝ ਪਾਈ, ਨਾ ਗੁਰਦੁਆਰੇ, ਨਾ ਗੁਰੂ ਦੀ ਸੰਗਤ, ਉਹਨਾਂ ਦਾ ਕਿਵੇਂ ਉਧਾਰ ਹੋਵੇਗਾ। ਹੋਵੇਗਾ, ਜ਼ਰੂਰ ਹੋਵੇਗਾ। ਜਦੋਂ ਅੱਜ ਅਸੀਂ ਵੇਖਦੇ ਹਾਂ ਨਾ, ਛੋਟੇ ਛੋਟੇ ਬੱਚੇ ਸਟੇਜ 'ਤੇ ਖੜ ਕੇ ਕੋਈ ਕਵਿਤਾ ਸੁਣਾ ਰਿਹਾ ਹੈ, ਕੋਈ ਗੁਰਬਾਣੀ ਦਾ ਸ਼ਬਦ ਸੁਣਾ ਰਿਹਾ ਹੈ, ਕੋਈ ਵਾਰਤਾਲਾਪ ਕਰਦਾ ਹੈ, ਕੋਈ ਹਾਰਮੋਨੀਅਮ 'ਤੇ ਗੁਰਬਾਣੀ ਦੇ ਸ਼ਬਦ ਨੂੰ ਸੰਗਤ ਦੇ ਸਮਕਸ਼ ਰੱਖਦਾ ਹੈ, ਉਦੋਂ ਫਿਰ ਸੁਣਨ ਵਾਲਾ ਉਹਨਾਂ ਬੱਚਿਆਂ ਤੋਂ ਪ੍ਰਭਾਵਿਤ ਹੋ ਕੇ ਇਹ ਸੋਚਦਾ ਹੈ ਕਿ ਦੇਖੋ ਬਜ਼ੁਰਗਾਂ ਦੀ, ਮਾਤਾ ਪਿਤਾ ਦੀ ਕਿੰਨੀ ਘਾਲਣਾ ਕਿ ਬੱਚੇ ਨੂੰ ਇੰਨੇ ਲਾਇਕ ਬਣਾਇਆ। ਹਾਲਾਂਕਿ ਬੱਚਾ ਸਟੇਜ 'ਤੇ ਜਾਂ ਕਿਸੇ ਵੀ ਥਾਂ 'ਤੇ ਕੋਈ ਚੰਗੀ ਭੂਮਿਕਾ ਨਿਭਾਵੇ, ਉਦੋਂ ਉਹਨੂੰ ਦੇਖ ਕੇ ਇੱਕੋ ਦਮ ਸਿਆਣੇ ਬੰਦੇ ਦਾ ਧਿਆਨ ਜਾਂਦਾ ਵੀ ਕਿਹਨਾਂ ਦਾ ਮੁੰਡਾ ਹੈ, ਕਿਹਨਾਂ ਦਾ ਬੱਚਾ ਹੈ, ਕਿਹਨਾਂ ਦੀ ਲੜਕੀ ਹੈ। ਯਾਦ ਬਜ਼ੁਰਗਾਂ ਨੂੰ ਕੀਤਾ ਜਾਂਦਾ ਹੈ। ਜੇ ਕਿਸੇ ਨੇ ਕੀਤੀ ਮਾੜੀ ਕਰਤੂਤ, ਨਹੀਂ ਚੰਗੇ ਪਾਸੇ ਕੋਈ ਸੰਤਾਨ ਚੱਲਦੀ, ਪਰ ਉਦੋਂ ਕੰਨ ਪਕੜ ਕੇ ਪੁੱਛਿਆ ਜਾਂਦਾ ਵੀ ਦੱਸ ਤੂੰ ਕਿਹਨਾਂ ਦਾ ਮੁੰਡਾ ਹੈ, ਕਿਹਨਾਂ ਦਾ ਪੁੱਤਰ ਹੈ। ਉਹ ਤੇਰੀ ਮਾੜੀ ਕਰਤੂਤ ਕਰਕੇ ਪਿੱਤਰਾਂ ਦਾ ਨਾਮ ਸਮਾਜ ਦੇ ਵਿੱਚ ਰੋਸ਼ਨ ਨਹੀਂ ਹੋਣਾ, ਉਹਨਾਂ ਦੇ ਨਾਮ ਉੱਤੇ ਦਾਗ ਲੱਗ ਸਕਦਾ ਹੈ। ਤੇਰੇ ਚੰਗੇ ਕਰਮਾਂ ਕਰਕੇ ਪੁੱਤਰ ਤੇਰੇ ਬਜ਼ੁਰਗਾਂ ਦਾ ਵੀ ਨਾਮ ਹੋਵੇਗਾ। ਨਹੀਂ ਉਹਨਾਂ ਦੇ ਨਾਮ ਜਪਿਆ, ਨਹੀਂ ਚਲੋ ਸੰਗਤ ਕੀਤੀ, ਕੋਈ ਗੱਲ ਨਹੀਂ, ਪਰ ਤੂੰ ਦੀ ਸਿੱਖਿਆ ਧਾਰਨ ਕਰ, ਤੂੰ ਸਾਡੇ ਪਿੱਤਰਾਂ ਦਾ ਵੀ ਉਧਾਰ ਕਰ ਸਕਦਾ ਹੈ। ਤੈਨੂੰ ਵੇਖ ਕੇ ਲੋਕ ਕਹਿਣਗੇ ਕਿ ਵੀ ਦੇਖੋ ਸਿਆਣਿਆਂ ਨੇ ਕਿਧਰਲੇ ਪਾਸੇ ਚੰਗੇ ਪਾਸੇ ਲਾਇਆ ਹੋਇਆ ਹੈ। ਉਪਦੇਸ਼ ਪੁੱਤਰਾਂ ਨੂੰ, ਧੀਆਂ ਨੂੰ, ਬੱਚਿਆਂ ਨੂੰ, ਪਰ ਗੁਰੂ ਸਾਹਿਬ ਜੀ ਕਹਿੰਦੇ ਉਧਾਰ ਪਿੱਤਰਾਂ ਦਾ ਹੋਵੇਗਾ। ਅਤੇ ਅਸੀਂ ਜੇ ਪਿੱਛੇ ਨਹੀਂ ਕਮਾਈਆਂ ਕਰ ਸਕੇ ਤਾਂ ਘੱਟੋ ਘੱਟ ਅਸੀਂ ਇਹ ਗਿਆਨ ਅੱਗੇ ਵਰਤਾ ਸਕੀਏ, ਅੱਗੇ ਬੱਚਿਆਂ ਨੂੰ ਇਸ ਪਾਸੇ ਜੋੜ ਸਕੀਏ, ਤਾਂ ਕਿ ਸਾਡੇ ਪਿਛਲਿਆਂ ਦਾ ਵੀ ਉਧਾਰ ਹੋ ਸਕੇ। ਇੱਕ ਵਾਰੀ ਫਿਰ ਪੰਕਤੀ ਪੜ੍ਹੀਏ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੂੰ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਪੁੱਤਰ, ਬੱਚੇ, ਧੀ, ਮੇਰੇ ਬੱਚੋ, ਤੁਸੀਂ ਵਾਹਿਗੁਰੂ ਨੂੰ ਸਿਮਰੋ, ਜਿਹਨੂੰ ਸਿਮਰ ਕੇ ਤੁਹਾਡਾ ਵੀ ਉਧਾਰ ਅਤੇ ਪਿੱਤਰਾਂ ਦਾ ਵੀ ਉਧਾਰ। ਕਲਗੀਧਰ ਪਾਤਸ਼ਾਹ, ਦਸ਼ਮੇਸ਼ ਸਤਿਗੁਰੂ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਪਿਛਲੇ ਦਿਨੀ ਸ਼ਾਮ ਦੇ ਦੀਵਾਨਾਂ ਵਿੱਚ ਕੁਝ ਬੇਨਤੀਆਂ ਕੀਤੀਆਂ, ਉਹਨਾਂ ਵਿੱਚੋਂ ਇੱਕ ਦੋ ਫਿਰ ਦੁਬਾਰਾ ਆਪਾਂ ਸਾਂਝੀਆਂ ਕਰਨੀਆਂ। ਦੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਬਲਕਿ ਇੱਕ ਇੱਕ ਦਿਨ ਵਿਲੱਖਣਤਾ ਰੱਖਦਾ ਹੈ। ਜਿਸ ਧਿਆਨ ਦੇਈਏ ਥੋੜ੍ਹਾ ਜਿਹਾ, ਜਿਹੜੇ ਬਾਣੀ ਪੜ੍ਹਦੇ ਹਨ ਉਹਨਾਂ ਨੂੰ ਪਤਾ ਹੈ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵਾਰ ਵਾਰ ਸ਼ਬਦ ਆਉਣਗੇ ਮਿਲਾਪ ਦੇ। ਮਿਲ ਮੇਰੇ ਪ੍ਰੀਤਮਾ ਜੀਓ, ਹੋਂ ਤੁਧ ਬਿਨ ਖਰੀ ਨਿਮਾਣੀ, ਮੈਂ ਤੇਰੇ ਤੋਂ ਬਿਨਾਂ ਨਿਮਾਣੀ ਹਾਂ, ਮੈਂ ਲੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਗੁਰੂ ਸਾਹਿਬ ਨੇ ਸ਼ਬਦ ਮਿਲਾਪ ਦੇ ਉਚਾਰਨ ਕੀਤੇ, ਮਾਲਕ ਜੀ ਮੈਂ ਤੇਰੇ ਤੋਂ ਵਿਛੜੀ ਹਾਂ, ਕਿਰਪਾ ਕਰੋ ਮੇਰਾ ਤੇਰੇ ਨਾਲ ਮਿਲਾਪ ਹੋ ਜਾਵੇ, ਇਸ ਕਰਕੇ ਤੁਸੀਂ ਮੇਰੇ ਘਰ ਵਿੱਚ ਆਵੋ।
ਆਵੋ ਸੱਜਣਾ ਹੁਣ ਦੇਖਾਂ ਦਰਸ਼ਨ ਤੇਰਾ ਰਾਮ। ਸਾਹਿਬ ਕਹਿੰਦੇ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਸਾਰੇ ਸ਼ਬਦ ਮਿਲਾਪ ਦੇ ਨਸ ਵਿੱਚੋਂ ਕਿਲ ਵਿਖੋ ਕਰਤਾ ਘਰ ਆਇਆ, ਮੇਰਾ ਮਾਲਕ ਵਾਹਿਗੁਰੂ ਮੇਰੇ ਘਰ ਵਿੱਚ ਆ ਗਿਆ ਹੈ। ਕਈ ਸ਼ਬਦ ਐਸੇ ਮਿਲਣਗੇ, ਕਈ ਸ਼ਬਦਾਂ ਵਿੱਚ ਜ਼ਿਕਰ ਆਇਆ ਕਿ ਮਾਲਕ ਵਾਹਿਗੁਰੂ ਮੇਰੇ ਘਰ ਵਿੱਚ ਆ ਗਿਆ ਜਾਂ ਆ ਜਾਵੇ, ਮੈਨੂੰ ਉਹਦਾ ਮਿਲਾਪ ਚਾਹੀਦਾ ਹੈ। ਬਾਣੀ ਵਿੱਚ ਕਿਤੇ ਸ਼ਬਦ ਇਸ ਤਰ੍ਹਾਂ ਨਹੀਂ ਹੈ ਕਿ ਵਾਹਿਗੁਰੂ ਜੀ ਮੇਰੇ ਮਾਲਕ ਜੀ ਮੇਰੇ ਕੰਤ ਸੋਹੇ ਨੇੜੇ ਖਸਮ ਸੱਜਣ ਜੀ ਤੁਸੀਂ ਚਲੇ ਜਾਓ, ਮੈਂ ਚਾਹੁੰਦੀ ਹਾਂ ਕਿ ਤੁਸੀਂ ਚਲੇ ਜਾਓ। ਕਿਤੇ ਸ਼ਬਦ ਨਹੀਂ ਐਸਾ, ਸਿਰਫ ਮਿਲਾਪ ਦੇ ਸ਼ਬਦ। ਇਤਿਹਾਸ ਤੁਸੀਂ ਪੜ੍ਹਦੇ ਹੋ ਸੁਣਦੇ ਹੋ, ਇਤਿਹਾਸ ਵਿੱਚ ਵੀ ਕਿਤੇ ਵੀ ਕੋਈ ਸਿੱਖ ਐਸਾ ਨਹੀਂ ਹੈ ਜਿਹੜਾ ਕਹੇ ਮਹਾਰਾਜ ਚਲੇ ਜਾਓ। ਨਹੀਂ, ਸਾਰੇ ਸਿੱਖ ਕਹਿੰਦੇ ਮਹਾਰਾਜ ਕਿਸ ਤਰ੍ਹਾਂ ਮਰਜ਼ੀ, ਮੇਰੇ ਚਲਾਣੇ ਤੋਂ ਪਹਿਲਾਂ ਇਹ ਸਰੀਰ ਵਿੰਸਣ ਤੋਂ ਪਹਿਲਾਂ ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਵੱਸ ਜਾਓ, ਮੇਰੇ ਘਰ ਵਿੱਚ ਚਰਨ ਪਾਓ, ਮੈਨੂੰ ਇਹਨਾਂ ਦੀਦੀਆਂ ਦੀਦਾਰਾਂ ਨੇਤਰਾਂ ਦੇ ਨਾਲ ਤੁਹਾਡੇ ਦਰਸ਼ਨ ਹੋ ਸਕਣ, ਦੀਦਾਰ ਹੋ ਸਕਣ। ਸਿੱਖ ਵਾਰ ਵਾਰ ਮਿਲਾਪ ਦੇ ਸੰਬੰਧ ਵਿੱਚ ਬੇਨਤੀਆਂ ਕਰਦਾ ਹੈ। ਕਿਤੇ ਸ਼ਬਦ ਨਹੀਂ ਹੈ ਕਿ ਜਾਓ ਵਾਰ ਵਾਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਮਰਦਾਨਾ ਜੀ, ਜੰਮੂ ਕਸ਼ਮੀਰ ਦੀ ਧਰਤੀ ਤੇ ਮਾਤਾ ਭਾਗਵਰੀ ਕਿੰਨਿਆਂ ਨੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਆਓ, ਕਿਰਪਾ ਕਰੋ, ਦਰਸ਼ਨ ਦਿਓ, ਤੇ ਕਿੰਨਿਆਂ ਦੀ ਅਰਦਾਸ ਸੁਣੀ ਗਈ। ਗੁਰੂ ਸਾਹਿਬ ਜੀ ਉੱਥੇ ਫਿਰ ਦਰਸ਼ਨ ਦਿੰਦੇ ਵੀ ਰਹੇ ਹਨ। ਕੋਈ ਕਹੇਗਾ ਕਿ ਮਹਾਰਾਜ ਜਾਓ, ਨਾ ਬਾਣੀ ਵਿੱਚ ਨਾ ਇਤਿਹਾਸ ਵਿੱਚ, ਪਰ ਹੋਇਆ ਇੱਕ ਵਾਰੀ ਐਸਾ ਹੋਇਆ ਜਿਨ੍ਹਾਂ ਨੇ ਕਿਹਾ ਮਹਾਰਾਜ ਜਾਓ ਤੁਹਾਨੂੰ ਜਾਣਾ ਪਵੇਗਾ। ਤੇ ਤੁਸੀਂ ਕਹੋਗੇ ਕਿ ਉਹ ਜੇ ਸਿੱਖ ਹਨ ਵੀ ਇਹਨਾਂ ਨੂੰ ਸਿੱਖ ਕੌਣ ਕਵੇਗਾ, ਕਿੰਨੇ ਬਦਕਿਸਮਤ ਹਨ ਜਿਹੜੇ ਕਹਿੰਦੇ ਨੇ ਕਿ ਜਾਓ। ਨਹੀਂ, ਉਹ ਤੇ ਚੰਗੇ ਭਾਗਾਂ ਵਾਲੇ ਸਨ, ਉਹ ਤੇ ਮਹਾਨ ਯੋਧੇ ਸੂਰਮੇ ਸਨ ਜਿਨ੍ਹਾਂ ਨੇ ਇਹ ਗੱਲ ਕਹੀ ਤੇ ਕਹਿਣੀ ਪਈ ਤੇ ਸਮੇਂ ਦੀ ਲੋੜ ਸੀ। ਜਿਸ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਨੋਂ ਲਾਲ ਗੜੀ ਵਿੱਚ ਸ਼ਹੀਦ ਹੋ ਚੁੱਕੇ ਹਨ, ਪੰਜਾਂ ਪਿਆਰਿਆਂ ਵਿੱਚੋਂ ਗੁਰਦੇਵ ਜੀ ਦੇ ਤਿੰਨ ਪਿਆਰਿਆਂ ਨੇ ਸ਼ਹਾਦਤ ਦਾ ਜਾਨ ਪੀ ਲਿਆ ਹੈ, ਕਲਗੀਧਰ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਛੋਟੇ ਕਿੱਧਰ ਨੂੰ ਗਏ ਹਨ ਕੋਈ ਖਬਰ ਕੋਈ ਸੋਏ ਨਹੀਂ ਹੈ, ਮਾਤਾ ਗੁਜਰੀ ਵੀ ਸੰਸਾਰ ਵਿੱਚ ਹੈ ਕਿ ਨਹੀਂ ਹੈ। 40 ਸਿੰਘ ਗੁਰਦੇਵ ਜੀ ਦੇ ਨਾਲ ਗੜੀ ਵਿੱਚ ਸਨ, 40 ਵਿੱਚੋਂ 3-4 ਕੁ ਬਚੇ ਹਨ। ਜਦੋਂ 5-4 ਕੁ ਸਿੱਖ ਬਚੇ ਉਦੋਂ ਗੁਰੂ ਕੇ ਸਿੱਖਾਂ ਨੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ ਇੱਥੋਂ ਚਲੇ ਜਾਓ, ਸਾਡਾ ਹੁਣ ਤੁਹਾਡੇ ਅੱਗੇ ਇਹ ਤਰਲਾ ਹੈ, ਇੱਕ ਮਿਹਨਤ ਹੈ, ਇੱਕ ਬੇਨਤੀ ਹੈ, ਬਲਕਿ ਹੁਕਮ ਹੈ। ਅਸੀਂ 5 ਇਕੱਠੇ ਹੋ ਕੇ ਮਹਾਰਾਜ ਤੁਹਾਨੂੰ ਹੁਕਮ ਕਰਦੇ ਹਾਂ ਕਿ ਤੁਸੀਂ ਗੜੀ ਤੋਂ ਚਲੇ ਜਾਓ। ਨਹੀਂ ਤਾਂ ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਆਇਆ ਕਿ ਸਿੱਖ ਗੁਰੂ ਨੂੰ ਕਵੇ ਕਿ ਮਹਾਰਾਜ ਤੁਸੀਂ ਚਲੇ ਜਾਓ। ਇਹ ਵੀ ਉਹਨਾਂ ਦੇ ਚੰਗੇ ਭਾਗ, ਉਹਨਾਂ ਨੂੰ ਇੰਨੀ ਸੋਝੀ ਹੈ, ਉਹਨਾਂ ਨੂੰ ਇੰਨਾ ਗਿਆਨ ਹੈ, ਉਹਨਾਂ ਨੂੰ ਇੰਨਾ ਪਤਾ ਹੈ ਆਉਣ ਵਾਲੇ ਸਮੇਂ ਵਿੱਚ ਕੀ ਹੋ ਸਕਦਾ ਹੈ ਤੇ ਅਸੀਂ ਗੁਰੂ ਤੋਂ ਕੀ ਕਾਰਜ ਕਰਵਾਉਣਾ ਹੈ, ਗੁਰੂ ਨੇ ਕਿਹੜੇ ਕਿਹੜੇ ਕੰਮ ਕਰਨੇ ਹਨ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਿੱਖੋ ਇਹ ਕੀ ਕਹਿ ਰਹੇ ਹੋ, ਮੈਂ ਚਲਾ ਜਾਵਾਂ ਜਿੱਥੇ ਮੇਰਾ ਖਾਲਸਾ ਜੁੱਜਿਆ, ਜਿੱਥੇ ਮੇਰੇ ਸਾਹਿਬਜ਼ਾਦੇ ਜੁੱਦੇ, ਜਿੱਥੇ ਮੇਰੇ 5 ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋਏ, ਮੇਰੇ ਲਾਲ ਸ਼ਹੀਦ ਹੋਏ, ਸਿੰਘਾਂ ਨੇ ਸ਼ਹਾਦਤਾਂ ਦਾ ਜਾਨ ਪੀਤਾ, ਮੈਨੂੰ ਵੀ ਜਾਣ ਦਿਓ, ਮੈਂ ਵੀ ਸ਼ਹਾਦਤ ਦਾ ਜਾਨ ਪੀਵਾਂਗਾ, ਮੈਂ ਇੱਥੋਂ ਛੱਡ ਕੇ ਨਹੀਂ ਜਾ ਸਕਦਾ, ਤੁਹਾਨੂੰ ਛੱਡ ਕੇ ਇਸ ਤਰ੍ਹਾਂ ਨਾ ਸ਼ੋਭਦਾ ਨਹੀਂ ਹੈ। ਲੋਕ ਕੀ ਕਹਿਣਗੇ ਕਿ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ, ਸਾਹਿਬਜ਼ਾਦਿਆਂ ਪਿਆਰਿਆਂ ਨੂੰ, ਸਿੰਘਾਂ ਨੂੰ ਸ਼ਹੀਦ ਕਰਵਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਲੰਘ ਗਏ? ਨਹੀਂ, ਮੈਂ ਵੀ ਇੱਥੇ ਸ਼ਹਾਦਤ ਦਾ ਜਾਨ ਪੀਣਾ ਹੈ। ਪਰ ਉੱਥੋਂ ਆਪਾਂ ਕਹਿ ਸਕਦੇ ਹਾਂ ਗੁਰੂ ਦੇ ਸਿੰਘ ਕਿੰਨੇ ਸੂਝਵਾਨ ਸਨ? ਨਹੀਂ, ਮਹਾਰਾਜ ਉੱਥੇ ਬੇਨਤੀ ਕੀਤੀ, ਮਹਾਰਾਜ ਤੁਸੀਂ ਚਲੇ ਜਾਓ, ਸਾਨੂੰ ਇਸ ਗੱਲ ਦਾ ਪਤਾ ਹੈ। ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ, ਇਹ ਗੁਰੂ ਕੇ ਸਿੱਖਾਂ ਨੇ ਉੱਥੇ, ਭਾਈ ਮਹਾਂ ਸਿੰਘ, ਇਹ ਗੁਰੂ ਕੇ ਸਿੱਖਾਂ ਨੇ ਉੱਥੇ ਬੇਨਤੀ ਕੀਤੀ। ਭਾਈ ਸੰਗਤ ਸਿੰਘ, ਇਹ 4-5 ਸਿੰਘ ਕਹਿੰਦੇ ਨੇ ਮਹਾਰਾਜ ਸਾਨੂੰ ਇਸ ਗੱਲ ਦਾ ਪਤਾ ਹੈ, ਜੇ ਤੁਸੀਂ ਇੱਕ ਰਹਿ ਗਏ, ਤੁਸੀਂ ਇੱਕ ਦੁਬਾਰਾ ਫਿਰ ਸਾਡੇ ਵਰਗੇ ਲੱਖਾਂ ਪੈਦਾ ਕਰ ਸਕਦੇ ਹੋ, ਪਰ ਸਾਨੂੰ ਇਸ ਗੱਲ ਦਾ ਵੀ ਪਤਾ ਹੈ ਜੇ ਸਾਡੇ ਵਰਗੇ ਲੱਖਾਂ ਹੋਣ, ਅਸੀਂ ਲੱਖਾਂ ਮਿਲ ਕੇ ਇੱਕ ਕਲਗੀਧਰ ਪਿਤਾ ਨਹੀਂ ਪੈਦਾ ਕਰ ਸਕਦੇ। ਸਾਨੂੰ ਲੋੜ ਹੈ ਪਾਤਸ਼ਾਹ, ਤੁਸੀਂ ਹੋਵੋਗੇ ਸਾਡੇ ਵਰਗੇ ਫਿਰ ਖੜੇ ਕਰ ਦੇਵੋਗੇ, ਪਰ ਜੇ ਅਸੀਂ ਰਹਿ ਵੀ ਗਏ ਅਸੀਂ ਤੁਹਾਨੂੰ ਕਿਵੇਂ ਕਿੱਥੋਂ ਲੈ ਕੇ ਆਵਾਂਗੇ? ਤੇ ਉੱਥੇ ਉਹਨਾਂ ਨੇ ਬੇਨਤੀ ਧਰਨਾ ਵੀ ਕੀਤਾ ਤੇ ਬਾਅਦ ਵਿੱਚ ਕਹਿ ਕੇ ਹੁਣ ਤੇ ਪੰਜਾਂ ਦਾ ਹੁਕਮ ਹੈ। ਇੱਕੋ ਵਾਰੀ ਇਤਿਹਾਸ ਵਿੱਚ ਹੋਇਆ ਜਦੋਂ ਗੁਰੂ ਨੂੰ ਸਿੱਖ ਬੇਨਤੀ ਕਰਦੇ ਹੋਣ ਕਿ ਪਾਤਸ਼ਾਹ ਇੱਥੋਂ ਚਲੇ ਜਾਓ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੋਂ ਪੰਜਾਂ ਦਾ ਹੁਕਮ ਕਿਵੇਂ ਮੋੜਦੇ?
ਆਪੇ ਗੁਰ ਚੇਲਾ ਹੈ ਤੇ ਉੱਥੇ ਗੜੀ ਵਿੱਚੋਂ ਗੁਰਦੇਵ ਜੀ ਅੱਗੇ ਰਵਾਨਾ ਹੋ ਗਏ। ਮੰਨਣਾ ਪਿਆ ਖਾਲਸੇ ਦਾ ਵਚਨ, ਅੱਗੇ ਸਾਹਿਬਜ਼ਾਦਿਆਂ ਦੀਆਂ ਲੋਥਾਂ ਵੇਖੀਆਂ, ਸਰੀਰ ਵੇਖੇ, ਉਹਨਾਂ ਦੀ ਸ਼ਹਾਦਤਾਂ ਤੇ ਕਲਗੀਧਰ ਪਾਤਸ਼ਾਹ ਨੇ ਵਾਹਿਗੁਰੂ ਦਾ ਕੀਤਾ ਸੀ ਸ਼ੁਕਰਾਨਾ, ਆਪ ਜਕਾਰੇ ਵਜਾਏ ਸਨ। ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੇ ਹੀ ਸੁੱਖ ਹੋਏ। ਤੇ ਜਿਹੜੇ ਪਿਛਲੇ ਹਫ਼ਤੇ ਆਏ ਸਨ, ਉਹਨਾਂ ਪਿਛਲੇ ਹਫ਼ਤਿਆਂ ਵਿੱਚ ਇੱਕ ਬੇਨਤੀ ਇਹ ਵੀ ਕੀਤੀ ਸੀ ਕਿ ਵਿਦਵਾਨ ਕਹਿੰਦਾ, ਕਲਗੀਆਂ ਵਾਲਿਆ ਕੌਮ ਦੇ ਸ਼ਹਿਨਸ਼ਾਹ, ਮਿਲਦੀ ਜੱਗ ਤੇ ਤੇਰੀ ਮਿਸਾਲ ਕੋਈ ਨਹੀਂ, ਪੰਥ ਸਾਜਿਆ ਖੰਡੇ ਦੀ ਧਾਰ ਵਿੱਚੋਂ, ਇਹੋ ਜਿਹਾ ਵੀ ਕੀਤਾ ਕਮਾਲ ਕੋਈ ਨਹੀਂ, ਆਪੇ ਗੁਰੂ ਤੇ ਆਪੇ ਹੀ ਬਣੇ ਚੇਲਾ, ਆਪੇ ਗੁਰੂ ਤੇ ਆਪੇ ਹੀ ਬਣੇ ਚੇਲਾ, ਤੇਰੇ ਜਿਹਾ ਦੀਨ ਦਿਆਲ ਕੋਈ ਨਹੀਂ, ਸਭ ਕੁਝ ਬਾਰ ਕੇ ਖਿੜ ਖਿੜ ਹੱਸਦਾ ਹੈ, ਜੰਮਿਆ ਮਾਂ ਨੇ ਵੀ ਇਹੋ ਜਿਹਾ ਲਾਲ ਕੋਈ ਨਹੀਂ। ਤੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਖੀ, ਉੱਥੇ ਗੁਰਦੇਵ ਜੀ ਦੇ ਸਾਹਮਣੇ ਦੋਨੋਂ ਸਾਹਿਬਜ਼ਾਦਿਆਂ ਦੇ ਨਾਲ ਹੋਰ ਕਈ ਆਪਣੇ ਸਿੰਘਾਂ ਦੇ ਸਰੀਰ ਪਏ ਸਨ, ਉੱਥੇ ਵੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਤੇ ਵਿਦਵਾਨ ਕਹਿੰਦਾ ਹੈ, ਰਾਹੀ ਕੋਈ ਪ੍ਰੀਤ ਦੀਆਂ ਮੰਜਣਾਂ ਦਾ ਮੰਜਣ ਇੰਜ ਮੁਕਾਮ ਦਾ ਵੇਖਿਆ ਨਾ। ਸੁਣਿਓ ਬੇਨਤੀ, ਰਾਹੀ ਕੋਈ ਪ੍ਰੀਤ ਦੀਆਂ ਮੰਜਣਾਂ ਦਾ ਉਹ ਮੰਜ਼ਿਲ ਇੰਜ ਮੁਕਾਮ ਦਾ ਵੇਖਿਆ ਨਾ, ਪੈਰ ਪੈਰ ਤੇ ਰਾਜ ਨੂੰ ਮਾਰ ਠੁੱਕਰ ਹੀਰੇ ਲਾਲ ਲੁਟਾਉਣ ਦਾ ਵੇਖਿਆ ਨਾ। ਹਰਸਾਂ ਜਿਹੇ ਮਾਸੂਮ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਉਂਦੇ ਵੇਖਿਆ ਨਾ, ਹਰਸਾਂ ਜਿਹੇ ਮਾਸੂਮ ਪੁੱਤਰਾਂ ਨੂੰ ਮੌਤ ਦੇ ਮੂੰਹ ਪਾਉਂਦਾ ਵੇਖਿਆ ਨਾ, ਪਿਤਾ ਕੋਈ ਵੀ ਪੁੱਤਾਂ ਦੀਆਂ ਲਾਸ਼ਾਂ ਤੇ ਗੀਤ ਖੁਸ਼ੀ ਦੇ ਗਾਉਣ ਦਾ ਵੇਖਿਆ ਨਾ। ਉੱਥੇ ਗੁਰੂ ਨੇ ਪੜਿਆ, ਆਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਜਿਸ ਕੀ ਵਸਤ ਇਸ ਆਗਿਆ ਰੱਖੈ, ਪ੍ਰਭ ਕੀ ਆਗਿਆ ਮਨ ਮਤ ਹੈ। ਤੇ ਕਲਗੀਧਰ ਨੇ ਇੱਥੇ ਇੱਕ ਬਚਨ ਕਿਹਾ ਸੀ ਕਿ ਗੁਰੂ ਕੇ ਸਿੱਖੋ ਮੇਰੇ ਪਿਆਰਿਓ, ਮੈਂ ਇਸ ਤਰ੍ਹਾਂ ਨਹੀਂ ਜਾਵਾਂਗਾ, ਜੇ ਤੁਸੀਂ ਕਹੋ ਨਾ ਇੱਥੋਂ ਮੈਂ ਲੰਘ ਜਾਵਾਂ, ਨਾ ਮੈਂ ਇਸ ਤਰ੍ਹਾਂ ਨਹੀਂ ਜਾਵਾਂਗਾ। ਤੇ ਇੱਕ ਬੇਨਤੀ ਹੋਰ ਸੁਣਿਓ, ਦੋ ਗੱਲਾਂ ਇਤਿਹਾਸ ਵਿੱਚ ਬੜੇ ਅਜੀਬ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ। ਕੋਸ਼ਿਸ਼ ਤਾਂ ਇਹ ਹੈ ਅਸੀਂ ਆਪਣੀ ਥੋੜ੍ਹੀ ਜਿਹੀ ਸ਼ਬਦਾਵਲੀ ਨੂੰ ਸੈੱਟ ਕਰ ਲਈਏ, ਇਤਿਹਾਸ ਤੇ ਕੋਈ ਹੈ, ਪਰ ਕਈ ਵਾਰੀ ਸ਼ਬਦਾਵਲੀ ਇਸ ਤਰ੍ਹਾਂ ਵਰਤ ਲਈ ਜਾਂਦੀ ਹੈ, ਉਹਦੇ ਅਰਥਾਂ ਦੇ ਅਨਰਥ ਹੋ ਜਾਂਦੇ ਹਨ, ਇਹੀ ਕੋਸ਼ਿਸ਼ ਆਪਾਂ ਕਰ ਰਹੇ ਹਾਂ ਬਸ। ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਸੀ, ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਹ ਗੱਲ ਸ਼ਾਮਿਲ ਕੀਤੀ ਇਤਿਹਾਸ ਵਿੱਚ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪਹਾੜੀ ਰਾਜੇ ਨੇ ਝੂਠੀਆਂ ਸੋਹਾਂ ਖਾਈਆਂ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਆਨੰਦਪੁਰ ਸਾਹਿਬ ਦੇ ਸਾਰੇ ਵਸਿੰਦਿਆਂ ਨੂੰ ਧੋਖਾ ਦਿੱਤਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਤੇ ਉਹਨਾਂ ਨੇ ਫਿਰ ਵੀ ਕਤਲੇਆਮ ਹਮਲਾ ਕੀਤਾ, ਫੌਜਾਂ ਚੜ੍ਹ ਕੇ ਆਉਂਦੀਆਂ ਰਹੀਆਂ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਵੀ ਛੱਡ ਦਿੱਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਧੋਖਾ ਕੀਤਾ, ਫਿਰ ਹਮਲੇ ਕੀਤੇ। ਇਸ ਤਰ੍ਹਾਂ ਕਿਹਾ ਜਾਂਦਾ ਹੈ। ਤੇ ਜਰਾ ਸੋਚਿਓ ਇੱਕ ਮਿੰਟ, ਜਿਹੜਾ ਧੋਖੇ ਵਿੱਚ ਆ ਜਾਵੇ, ਜਿਹਨੂੰ ਬੜਾ ਸੌਖਾ ਧੋਖਾ ਦਿੱਤਾ ਜਾਵੇ, ਉਹ ਗੁਰੂ ਨਹੀਂ ਹੋ ਸਕਦਾ। ਕਿਸੇ ਦੀ ਕੀ ਮਜਾਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧੋਖਾ ਦੇ ਦੇਵੇ। ਤੇ ਸਿੱਖ ਤੇ ਰੋਜ਼ ਪੜ੍ਹਦਾ ਹੈ, ਨਾ ਉਹ ਮਰੈ ਨਾ ਠਾਕੇ ਜਾਹੇ। ਕਿਸੇ ਦੀ ਕੀ ਜ਼ਰੂਰਤ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧੋਖਾ ਦੇ ਦੇਵੇ। ਤੇ ਉੱਥੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਨੂੰ ਹਰ ਵਿਸਰਤ ਸਦਾ ਕੁਆਰੀ ਸਾਹਿਬ ਕਹਿੰਦੇ, ਤਾਂ ਉਹ ਧੋਖਾ ਕਾਂ ਵਿਆਪੈ ਜਾਂ ਕੋ ਓਟ ਤੁਹਾਰੀ। ਜਿਸ ਗੁਰੂ ਨੂੰ ਪਰਮਾਤਮਾ ਵਾਹਿਗੁਰੂ ਦੀ ਓਟ ਹੋਵੇ, ਭਾਵੇਂ ਲੱਖਾਂ ਕੇ ਅਰਬਾਂ ਦੀ ਫੌਜ ਆ ਜਾਵੇ, ਗੁਰੂ ਨੂੰ ਇੱਕ ਵੀ ਬੰਦਾ ਚੀਟ ਨਹੀਂ ਕਰ ਸਕਦਾ, ਧੋਖਾ ਨਹੀਂ ਦੇ ਸਕਦਾ। ਜੇ ਅਸੀਂ ਸੋਚੀਏ ਨਾ, ਮੈਂ ਪਿੱਛੇ ਬਾਹਰ ਜਿਉਂ ਜੀ ਮਰਜ਼ੀ ਕਮਾਈ ਕਰਾਂ, ਇੱਥੇ ਆ ਕੇ ਮੈਂ ਦੇ ਕਰਵਾ ਲਵਾਂ, ਗੱਲ ਬਣ ਗਈ ਮੇਰੀ, ਤਾਂ ਖਿਮਾ ਕਰਿਓ, ਗੁਰੂ ਨੂੰ ਧੋਖਾ ਕੋਈ ਨਹੀਂ ਦੇ ਸਕਦਾ। ਕਿ ਗੁਰੂ ਧੋਖੇ ਵਿੱਚ ਆ ਗਿਆ, ਉਹਨਾਂ ਨੇ ਝੂਠੀਆਂ ਸੋਹਣਾ ਪਾਈਆਂ, ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ, ਉਹ ਫਿਰ ਮੁੱਕਰ ਗਏ, ਗੁਰੂ ਨੂੰ ਧੋਖਾ ਦੇ ਦਿੱਤਾ ਨਾ, ਗੁਰੂ ਨੂੰ ਕੋਈ ਧੋਖਾ ਦੇ ਨਹੀਂ ਸਕਦਾ। ਉੱਥੇ ਸਾਹਿਬ ਨੇ ਕਿਹਾ ਸੀ, ਕਹਿਣਗੇ ਖਾਣ ਇਹ ਝੂਠੀਆਂ ਸੋਹਾਂ, ਮੈਂ ਤੇ ਚਾਹੁੰਦਾ ਕਿ ਇਹ ਕਸਮਾਂ ਚੁੱਕਣ, ਗੱਲ ਕਰਨ ਮੇਰੇ ਨਾਲ, ਮੈਂ ਸੰਸਾਰ ਵਿੱਚ ਇਹ ਗੱਲ ਪ੍ਰਗਟ ਕਰਨੀ ਹੈ ਕਿ ਜਿਹੜੇ ਆਪਣੇ ਆਪਣੇ ਧਰਮਾਂ ਦਾ ਢਿਡੋਰਾ ਪਿੱਟਦੇ ਨੇ ਕਿ ਸਾਡਾ ਧਰਮ ਇੰਨਾ ਪੁਰਾਤਨ, ਸਾਡੀ ਸੰਸਕ੍ਰਿਤੀ ਇਸ ਤਰ੍ਹਾਂ ਦੀ ਮਹਾਨ, ਸਾਡੇ ਦੇਵੀ ਦੇਵਤੇ ਇਸ ਤਰ੍ਹਾਂ ਦੇ, ਅਸੀਂ ਆਪਣੇ ਧਾਰਮਿਕ ਗ੍ਰੰਥਾਂ ਦੀ ਸੋਚ ਚੁੱਕਦੇ ਹਾਂ, ਧਾਰਮਿਕ ਅਸਥਾਨਾਂ ਦਾ ਧਿਆਨ ਕਰਕੇ ਅਸੀਂ ਫਿਰ ਉੱਥੇ ਅਰਦਾਸ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਸਦੀਆਂ ਤੱਕ ਦਾ ਇਤਿਹਾਸ ਆਪਣਾ ਰਚਿਆ ਹੋਇਆ,
ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਝੂਠੇ ਵਾਅਦੇ ਕਰ ਰਹੇ ਸਨ, ਝੂਠੀਆਂ ਕਸਮਾਂ ਖਾ ਰਹੇ ਸਨ। ਗੁਰੂ ਤੇ ਜਾਣਦਾ ਹੈ ਉਹਨਾਂ ਨੂੰ, ਗੁਰੂ ਨੇ ਉਹਨਾਂ ਨੂੰ ਬੇਨਕਾਬ ਕੀਤਾ ਹੈ ਕਿ ਕਿਸੇ ਦੀਆਂ ਕਸਮਾਂ ਤੇ ਭਰੋਸਾ ਨਾ ਕਰਿਓ। ਆਉਣ ਵਾਲੇ ਸਮਿਆਂ ਦੇ ਵਿੱਚ ਵੀ ਧਰਮੀ ਬੰਦਾ ਸੁਹਾ ਚੁੱਕੇ, ਕਸਮਾਂ ਚੁੱਕੇ, ਭਰੋਸਾ ਨਾ ਕਰਿਓ ਸਾਨੂੰ ਸਮਝਾਉਣ ਵਾਸਤੇ। ਗੁਰੂ ਨੂੰ ਪਤਾ ਸੀ ਇਹ ਅਹਿਸਾਨ ਫਰਾਮੋਸ਼ ਹਨ, ਇਹਨਾਂ ਨੇ ਕਦਰ ਨਹੀਂ ਜਾਣਨੀ, ਇਹਨਾਂ ਨੂੰ ਬੱਚੇ ਨਹੀਂ ਦਿਸਦੇ, ਇਹਨਾਂ ਨੂੰ ਬਜ਼ੁਰਗ ਮਾਤਾ ਗੁਜਰੀ ਨਹੀਂ ਦਿਸਦੀ, ਇਹਨਾਂ ਨੂੰ 6-8 ਮਹੀਨਿਆਂ ਦੇ ਭੁੱਖੇ ਸਿੰਘ ਨਹੀਂ ਦਿਸਦੇ, ਇਹਨਾਂ ਨੂੰ ਕੋਈ ਤਰਸ ਨਹੀਂ ਹੈ, ਇਹਨਾਂ ਨੇ ਤੁਹਾਡੇ ਤੇ ਕਦੇ ਤਰਸ ਨਹੀਂ ਕਰਨਾ। ਗੁਰੂ ਨੂੰ ਤੇ ਪਤਾ ਸੀ ਸਾਰਾ, ਸਾਨੂੰ ਸਮਝਾਉਣ ਵਾਸਤੇ ਤੇ ਉਹਨਾਂ ਨੂੰ ਬੇਨਕਾਬ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਛੱਡਿਆ ਸੀ। ਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਗੜੀ ਵਿੱਚੋਂ ਰਵਾਨਾ ਹੋ ਰਹੇ, ਉਦੋਂ ਵੀ ਕਹਿ ਰਹੇ ਹਨ ਕਿ ਨਾ ਪਿਆਰਿਓ, ਨਾ ਮੈਂ ਉਦੋਂ ਧੋਖਾ ਖਾਇਆ ਤੇ ਨਾ ਮੈਂ ਹੁਣ ਕਿਸੇ ਨੂੰ ਧੋਖਾ ਦੇ ਕੇ ਇੱਥੋਂ ਨਿਕਲਾਂਗਾ। ਆਨੰਦਪੁਰ ਵੀ ਛੱਡਿਆ, ਗੜੀ ਵੀ ਛੱਡੀ, ਆਨੰਦਪੁਰ ਵਿੱਚੋਂ ਵੀ ਕਿਸੇ ਦਾ ਧੋਖਾ ਨਹੀਂ ਖਾਧਾ ਤੇ ਗੜੀ ਵਿੱਚੋਂ ਰਵਾਨਾ ਹੋਣ ਲੱਗੇ ਵੀ ਕਿਸੇ ਨੂੰ ਧੋਖਾ ਦੇ ਕੇ ਨਹੀਂ ਨਿਕਲਿਆ। ਕਲਗੀਧਰ ਪਾਤਸ਼ਾਹ ਪਿਤਾ ਉੱਥੇ ਵੀ ਕਹਿੰਦੇ ਅਸੀਂ ਜਾਵਾਂਗੇ, ਲਲਕਾਰ ਕੇ ਜਾਵਾਂਗੇ, ਤਾੜੀ ਮਾਰ ਕੇ ਜਾਵਾਂਗੇ, ਜੈਕਾਰੇ ਵਜਾਉਂਦੇ ਜਾਵਾਂਗੇ, ਲੁੱਕ ਕੇ ਨਹੀਂ ਨਿਕਲਾਂਗੇ। ਗੁਰੂ ਕਿਸੇ ਦੇ ਧੋਖੇ ਵਿੱਚ ਆ ਨਹੀਂ ਸਕਦਾ ਤੇ ਗੁਰੂ ਨੂੰ ਕੋਈ ਧੋਖਾ ਦੇ ਨਹੀਂ ਸਕਦਾ। ਉੱਥੇ ਕਲਗੀਧਰ ਪਾਤਸ਼ਾਹ ਜੀ ਨੇ ਪੀਰੇ ਹਿੰਦ ਬੇਰਵਦ ਸਿੰਘਾਂ ਨੇ ਆਵਾਜ਼ਾਂ ਲਗਾਈਆਂ, ਤਾੜੀ ਮਾਰ ਕੇ ਨਿਕਲੇ, ਅੱਜ ਵੀ ਗੁਰਦੁਆਰਾ ਸਾਹਿਬ ਉੱਥੇ ਹੈ। ਮਤਲਬ ਗੁਰੂ ਕਦੇ ਕਿਸੇ ਨੂੰ ਧੋਖਾ ਦੇ ਹੀ ਨਹੀਂ ਸਕਦਾ। ਲੜਦਿਆਂ ਨਿਕਲੇ ਉੱਥੋਂ, ਜੂਝਦਿਆਂ, ਸ਼ਸਤਰ ਚਲਾਉਂਦਿਆਂ ਗੁਰਦੇਵ ਸਤਿਗੁਰ ਜੀ ਉੱਥੋਂ ਨਿਕਲੇ ਹਨ, ਪਹੁੰਚੇ ਮਾਛੀਵਾੜ ਦੇ ਜੰਗਲਾਂ ਵਿੱਚ। ਮਾਛੀਵਾੜ ਦੇ ਜੰਗਲਾਂ ਵਿੱਚ ਉੱਥੇ ਦੇ ਕੁਝ ਜ਼ਫਰਨਾਮੇ ਦੇ ਸ਼ੇਰ ਵਿਦਵਾਨ ਕਈ ਵਾਰੀ ਸੁਣਾਉਂਦੇ ਹਨ ਕਿ ਕਲਗੀਧਰ ਪਾਤਸ਼ਾਹ ਜੀ ਉੱਥੇ ਨਾ ਸਾਜ, ਨਾ ਬਾਜ, ਨਾ ਘੋੜਾ, ਕੁਝ ਵੀ ਨਹੀਂ, ਨਾ ਸਿੰਘ, ਨਾ ਲਾਲ, ਨਾ ਪਿਆਰੇ, ਨਾ ਕੋਈ ਹੋਰ ਯੋਧਾ, ਨਾ ਕੋਈ ਸ਼ਸਤਰ, ਕੋਈ ਪਾਵਰ ਨਾਲ ਨਹੀਂ ਹੈ। ਹੁਣ ਇੱਕ ਮਿੰਟ ਸੋਚੀਏ ਆਪਾਂ ਕਿ ਕਿਹੜੀ ਤਾਕਤ ਹੈ, ਜਿਹੜੀ ਤਾਕਤ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਸਾਰ ਦਾ ਸਭ ਤੋਂ ਮਹਾਨ ਜੰਗ ਲੜਨ ਵਿੱਚ ਕੋਈ ਡਰ ਭੈ ਨਹੀਂ ਰੱਖਦੇ, ਇੰਨਾ ਮਹਾਨ ਜੰਗ ਲੜਿਆ, ਕਿਹੜੀ ਤਾਕਤ ਹੈ ਗੁਰੂ ਕੋਲ? ਚਲੋ ਜਦੋਂ ਆਨੰਦਪੁਰ ਸਾਹਿਬ ਸੀ, ਜਿੰਨੀ ਦੇਰ ਆਨੰਦਪੁਰ ਸਾਹਿਬ ਸੀ ਉਦੋਂ ਤਾਂ ਕੋਈ ਕਹਿ ਸਕਦਾ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੇ ਕੋਲ ਆਨੰਦਪੁਰ ਸਾਹਿਬ ਹੈ ਤਾਂ ਜਿੱਤ ਜਾਂਦੇ ਹੋ ਤੁਸੀਂ, ਤੁਹਾਡੀ ਪਾਵਰ ਤਕੜੀ ਹੈ। ਆਨੰਦਪੁਰ ਵੀ ਛੱਡ ਦਿੱਤਾ ਹੁਣ ਤੇ ਆਨੰਦਪੁਰ ਸਾਹਿਬ ਨਹੀਂ ਰਿਹਾ ਗੁਰੂ ਗੋਬਿੰਦ ਸਿੰਘ ਜੀ ਕੋਲ। ਫਿਰ ਕੋਈ ਕਹਿ ਸਕਦਾ ਮਹਾਰਾਜ ਤੇਰੇ ਕੋਲ 5 ਪਿਆਰੇ ਹਨ ਤਾਂ ਤੈਨੂੰ ਕੋਈ ਹਰਾ ਨਹੀਂ ਸਕਦਾ, ਤੇਰੀ ਪਾਵਰ ਤਕੜੀ ਹੈ, 5 ਪਿਆਰੇ ਤੇਰੇ ਨਾਲ ਹਨ। ਹੁਣ ਤੇ 5 ਵਿੱਚੋਂ 3 ਸ਼ਹੀਦ ਹੋ ਚੁੱਕੇ ਹਨ, 2 ਅਜੇ ਪਿੱਛੇ ਆ ਰਹੇ ਨੇ, ਉਹਨਾਂ ਦਾ ਵੀ ਜੇ ਕੋਈ ਪਤਾ ਨਹੀਂ, ਰਸਤੇ ਵਿੱਚ ਘੇਰੇ ਜਾ ਸਕਦੇ ਹਨ। ਗੁਰੂ ਨੂੰ ਆਨੰਦਪੁਰ ਸਾਹਿਬ, 5 ਪਿਆਰੇ, ਹਾਲਾਂਕਿ ਇਹ ਸਿੱਖਾਂ ਦੀ ਸ਼ਕਤੀ ਹੈ ਪਰ ਗੁਰੂ ਇਹਨਾਂ ਤੋਂ ਇਲਾਵਾ ਫਿਰ ਵੀ ਇਕੱਲਾ ਸਭ ਤੋਂ ਵੱਡਾ ਸਮਰੱਥਦਾਤਾ ਹੈ। ਉੱਥੇ ਫਿਰ ਕੋਈ ਕਹਿ ਮਹਾਰਾਜ ਤੇਰੇ 4 ਲਾਲ ਹਨ, 4 ਲਾਲਾਂ ਕਰਕੇ ਤੈਨੂੰ ਕੋਈ ਹਰਾ ਨਹੀਂ ਸਕਦਾ, ਦੋਵਾਂ ਦੀ ਅਜੇ ਖਬਰ ਨਹੀਂ, 2 ਸ਼ਹੀਦ ਹੋ ਚੁੱਕੇ ਸਨ, ਉਹ ਵੀ ਨਹੀਂ ਰਹੇ। ਘੋੜੇ ਹਾਥੀ ਦੀ ਪਾਵਰ ਹੁੰਦੀ ਹੈ, ਕਈ ਕਹਿੰਦੇ ਮੈਂ ਆਪਣੇ ਘੋੜਿਆਂ, ਹਾਥੀਆਂ, ਆਪਣੇ ਫੌਜੀ ਸੈਨਿਕ ਲਸ਼ਕਰਾਂ ਦੇ ਸਿਰ ਤੇ ਜਿੱਤਦਾ। ਕਲਗੀਧਰ ਪਾਤਸ਼ਾਹ ਜਦੋਂ ਚਮਕੌਰ ਸਾਹਿਬ ਤੋਂ ਮਾਛੀਵਾੜੇ ਪਹੁੰਚੇ ਉਦੋਂ ਤਾਂ ਘੋੜਾ ਵੀ ਨਾਲ ਨਹੀਂ ਬਲਕਿ ਪਿੱਛੇ ਭਵਾਤ ਪਿੰਡ ਵਿੱਚ ਜੋੜਾ ਵੀ ਲਾ ਦਿੱਤਾ ਹੈ, ਜੋੜਾ ਵੀ ਨਾਲ ਨਹੀਂ ਹੈ, ਹੈਰਾਨੀ ਦੀ ਗੱਲ। ਕਲੰਗੀ ਵੀ ਆਪਣੀ ਦੇ ਆਏ, ਚੋਲਾ ਵੀ ਦੇ ਆਏ, ਦੂਜਾ ਪਹਿਣ ਕੇ ਆਏ, ਕੋਈ ਚੀਜ਼ ਗੁਰੂ ਕੋਲ ਉਸ ਸਮੇਂ ਤਾਂ ਆਪਣੀ ਕੋਈ ਚੀਜ਼ ਹੈ ਹੀ ਨਹੀਂ, ਨਾ ਆਨੰਦਪੁਰ, ਨਾ 5 ਪਿਆਰਿਆਂ ਵਿੱਚੋਂ ਕੋਈ ਪਿਆਰਾ, ਨਾ ਸਾਹਿਬਜ਼ਾਦੇ, ਨਾ ਕੋਈ ਘੋੜਾ, ਹਾਥੀ, ਸ਼ਸਤਰ ਬਸਤਰ, ਹੋਰ ਇੱਕ ਸ਼੍ਰੀ ਸਾਹਿਬ ਕਿਰਪਾਨ ਹੈ, ਕੋਈ ਪਾਵਰ ਨਾਲ ਨਹੀਂ ਹੈ। ਤੇ ਹੁਣ ਪੁੱਛੋ ਕਲਗੀਧਰ ਪਾਤਸ਼ਾਹ ਜੀ, ਹੁਣ ਤੁਹਾਡੇ ਕੋਲ ਕਿਹੜੀ ਪਾਵਰ ਹੈ? ਤੇ ਹੈਰਾਨ ਹੋਵੋਗੇ ਆਪ ਸੁਣ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਬਚਨ ਮਿਲਿਆ ਸੀ, ਉੱਥੇ ਸਾਹਿਬ ਜੀ ਆਖਦੇ ਕਹਿੰਦੇ ਗੁਰੂ ਕੋਲ ਅਜੇ ਵੀ ਪਾਵਰ, ਸਭ ਤੋਂ ਵੱਡੀ ਤਾਕਤ ਹੈ ਪਰਮਾਤਮਾ ਦੇ ਨਾਮ ਦੀ, ਉਹਦੇ ਧਿਆਨ ਦੀ, ਉਹਦੇ ਸਿਮਰਨ ਦੀ, ਜਿਹਦੇ ਅੱਗੇ ਸਾਰੀਆਂ ਪਾਵਰਾਂ ਫੇਲ ਹੋ ਜਾਂਦੀਆਂ। ਗੁਰੂ ਨੂੰ ਕਿਸੇ ਚੀਜ਼ ਦਾ ਸਹਾਰਾ ਨਹੀਂ ਹੈ, ਗੁਰੂ ਇਕੱਲਾ ਵੀ ਅੱਲਾ ਦੇ ਪੱਖ ਵਿੱਚ ਹੈ। ਤੇ ਸਾਹਿਬ ਨੇ ਬਾਣੀ ਵਿੱਚ ਕਿਹਾ, ਗੁਰਦੇਵ ਜੀ ਕਹਿੰਦੇ, ਜੇ ਕੋ ਆਪਣੀ ਓਟ ਸੰਭਾਰੈ ਜੈਸਾ ਬਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ, ਉਹਦੇ ਕੋਲ ਆਪਣਾ ਬਲ ਹੈ, ਜੇ ਸਾਰੀਆਂ ਪਾਵਰਾਂ ਕਿਸੇ ਕੋਲ ਹੋਣ ਪਰ ਆਪਣਾ ਬਲ ਨਹੀਂ ਹੈ, ਉਹ ਬੰਦਾ ਵੀ ਜੰਗ ਦੇ ਮੈਦਾਨ ਵਿੱਚ ਸ਼ਸਤਰ ਸੁੱਟ ਦਿੰਦਾ ਹੈ, ਕੀਨ ਮੰਨ ਲੈਂਦਾ ਹੈ। ਜਿਹਦੇ ਕੋਲ ਕੋਈ ਪਾਵਰ ਨਾ ਹੋਵੇ, ਆਪਣਾ ਜਜ਼ਬਾ ਹੋਵੇ, ਆਪਣੀ ਪਾਵਰ ਹੋਵੇ, ਆਪਣਾ ਬਲ ਹੋਵੇ, ਉਹਦੇ ਕੋਲ ਕੁਝ ਵੀ ਨਹੀਂ ਹੈ ਤਾਂ ਵੀ ਉਹ ਅਣਖ ਦੇ ਨਾਲ ਜੂਝ ਜਾਂਦਾ ਹੈ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਜੈਸਾ ਬਿੱਤ
ਤੈਸਾ ਵੀ ਵਰਤੈ ਆਪਣਾ ਬਲ ਨਹੀਂ ਹਾਰੈ। ਗੁਰੂ ਕੋਲ ਪਰਮਾਤਮਾ ਦਾ ਬਖਸ਼ਿਆ ਹੋਇਆ ਬਲ ਸੀ ਤੇ ਉੱਤੇ ਸ਼ੇਰ ਲਿਖਿਆ ਸਾਹਿਬ ਜੀ ਨੇ ਜਿਹੜਾ ਜਪਨਨਾਮੇ ਵਿੱਚ ਅੰਕਿਤ ਹੈ। ਗੁਰਦੇਵ ਜੀ ਕਹਿੰਦੇ ਐ ਔਰੰਗਜ਼ੇਬ ਲੱਖ ਲਾਨਤਾਂ ਤੇਰੀ ਲੱਖਾਂ ਦੀ ਫੌਜ ਤੇ, ਲੱਖ ਲਾਨਤਾਂ। ਇੱਕ ਗੁਰਮੁਖ ਪਿਆਰੇ ਹੋਏ ਪ੍ਰਿੰਸੀਪਲ ਸਤਬੀਰ ਸਿੰਘ, ਉਹਨਾਂ ਨੇ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਲਿਖਦੇ ਉਹਨਾਂ ਨੇ ਕਿਤਾਬ ਛਪਵਾਈ ਪੁਰਖ ਭਗਵੰਤ, ਉਸ ਕਿਤਾਬ ਦੇ ਸ਼ੁਰੂ ਵਿੱਚ ਇੱਕ ਗੱਲ ਲਿਖੀ ਹੋਈ ਹੈ ਸਿਰਫ 2 ਸਤਰਾਂ ਜਫਰਨਾਮੇ ਦੀਆਂ, ਉਹ ਹਨ ਨਾ ਪੇਚੀਦਾ ਮੂਏ ਨਾ ਰੰਜੀਦਾ ਤਨ, ਨਾ ਪੇਚੀਦਾ ਮੂਏ ਨਾ ਰੰਜੀਦਾ ਤਨ। ਉਹਦਾ ਮਤਲਬ ਹੈ ਐ ਔਰੰਗਜ਼ੇਬ ਤੇਰੀਆਂ ਲੱਖਾਂ ਦੀ ਫੌਜ, ਲੱਖ ਲਾਨਤਾਂ, ਇੰਨੇ ਫੌਜੀ ਆਏ ਵੱਖ ਵੱਖ ਸੂਬਿਆਂ ਤੋਂ ਆਏ, ਰਾਜੇ ਮਹਾਰਾਜੇ ਪਠਾਨ ਆਏ, ਇੰਨੇ ਘੋੜੇ ਹਾਥੀ ਸ਼ਸਤਰਾਂ ਦੇ ਨਾਲ ਲੈਸ ਉੱਥੇ ਪਹੁੰਚੇ ਹਨ, ਪਰ ਲੱਖ ਲਾਨਤਾਂ ਤੇਰੇ ਲੱਖਾਂ ਦੇ ਫੌਜ ਵਿੱਚੋਂ ਇੱਕ ਸ਼ਸਤਰ ਵੀ ਮੇਰੇ ਤਨ ਨੂੰ ਟੱਚ ਨਹੀਂ ਕਰ ਸਕਿਆ। ਨਾ ਪੇਚੀਦਾ ਮੂਏ, ਮੂਏ ਦਾ ਹੁੰਦਾ ਹੈ ਕੇਸ, ਮੇਰਾ ਤੇ ਵਾਲ ਵੀ ਵਿੰਗਾ ਨਹੀਂ ਹੋਇਆ ਤੇਰੀਆਂ ਫੌਜਾਂ ਕਰਕੇ, ਤਾਂ ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ। ਨਾ ਰੰਜੀਦਾ ਤਨ, ਤੇਰੇ ਲੱਖਾਂ ਦੇ ਸ਼ਸਤਰਾਂ ਕਰਕੇ ਮੇਰੇ ਸਰੀਰ ਤੇ ਇੱਕ ਝਰੀਟ ਤੱਕ ਨਹੀਂ ਆਈ। ਰੰਜੀਦਾ, ਰੰਜੀਦਾ ਦਾ ਅਰਥ ਝਰੀਟ ਤੱਕ ਨਹੀਂ ਆਈ। ਇੰਨੀ ਫੌਜ ਦੇ ਮੁੰਡਿਆਂ ਹੋਇਆ ਵੀ ਗੁਰੂ ਕੋਲ ਕਿਹੜਾ ਬਲ ਸੀ? ਉਹ ਪਰਮਾਤਮਾ ਦਾ ਬਲ ਸੀ। ਤੇ ਉੱਥੇ ਸਾਹਿਬ ਨੇ ਕਿਹਾ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਖੁਦਾਵੰਦ ਬੰਦੇ ਐਸ਼ ਅਰਸ਼ ਮੇਰੇ ਕੋਲ ਕੁਝ ਵੀ ਨਹੀਂ ਹੈ, ਪਰ ਪਰਮਾਤਮਾ ਦੇ ਘਰ ਤੋਂ ਅਜੇ ਵੀ ਮੈਨੂੰ ਆਨੰਦ ਮਿਲ ਰਿਹਾ ਹੈ। ਉਸ ਆਨੰਦ ਨੂੰ ਤੇਰੀ ਲੱਖਾਂ ਦੀ ਫੌਜ ਬੁਲਾ ਨਹੀਂ ਸਕਦੀ। ਇੱਥੇ ਆਪਾਂ ਕਹਿ ਸਕਦੇ ਹਾਂ ਭਾਵੇਂ ਗੁਰੂ ਕੋਲ ਕੁਝ ਵੀ ਨਹੀਂ ਰਿਹਾ, ਪਰ ਇਸ ਮਹਾਨ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੱਤ ਹੁੰਦੀ ਹੈ। ਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ, ਗੁਰੂ ਨੂੰ ਕੋਈ ਹਰਾ ਨਹੀਂ ਸਕਦਾ। ਗੁਰੂ ਨੇ ਆਪ ਵਚਨ ਕੀਤੇ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਹਨ ਜਫਰਨਾਮਾ। ਜਫਰਨਾਮੇ ਦਾ ਅਰਥ ਹੁੰਦਾ ਫਤਿਹ ਦੀ, ਜਿੱਤ ਦੀ ਚਿੱਠੀ। ਤੇ ਔਰੰਗਜ਼ੇਬ ਅਖੀਰਲੇ ਸਮੇਂ ਵਿੱਚ ਲਿਖਦਾ ਹੈ ਸ਼ਿਕਸਤਨਾਮਾ। ਸ਼ਿਕਸਤ ਦਾ ਅਰਥ ਹੁੰਦਾ ਹਾਰ ਦੀ ਚਿੱਠੀ। ਉਹ ਹਾਰ ਗਿਆ। ਉਹਨੇ ਇੱਕ ਪ੍ਰਣ ਕੀਤਾ ਸੀ, ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਮੈਨੂੰ ਨਾ ਮਿਲਿਆ ਤਾਂ ਮੇਰੀ ਕਾਹਦੀ ਭੰਬਰ ਹੈ। ਕਿਵੇਂ ਮਰਜ਼ੀ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦੇ 4 ਟੁਕੜੇ ਕਰਵਾ ਕੇ ਦਿੱਲੀ ਦੇ 4 ਦਰਵਾਜ਼ਿਆਂ 'ਤੇ ਟੰਗਵਾ ਦੇਵਾਂਗਾ। ਨਾ ਸਰੀਰ ਮਿਲਿਆ, ਲੱਖੀ ਸ਼ਾਹ ਬਲਜਾਰੇ ਨੇ ਸਾਂਭ ਲਿਆ, ਸੇਵਾ ਕੀਤੀ, ਨਾ ਸੀਸ ਮਿਲਿਆ। ਭਾਈ ਜੈਤਾ ਜੀ ਲੈ ਕੇ ਤੁਰ ਆਏ ਸੀ। ਉਹ ਕਹਿੰਦਾ ਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਤਾਂ ਨਹੀਂ ਮਿਲਿਆ, ਉਹਨਾਂ ਦਾ ਸਰੀਰ ਮੈਨੂੰ ਨਹੀਂ ਹੱਥ ਲੱਗਿਆ, ਪਰ ਘੱਟੋ ਘੱਟ ਕਲਗੀਧਰ ਪਾਤਸ਼ਾਹ ਦਾ ਸੀਸ ਤਾਂ ਮੇਰੇ ਸਾਹਮਣੇ ਪੇਸ਼ ਕਰ ਦਿਓ। ਸਾਰੀ ਉਮਰ ਲੰਘ ਗਈ ਇਸ ਘਰ ਦੇ ਨਾਲ ਟੱਕਰ ਲੈਂਦੇ ਔਰੰਗਜ਼ੇਬ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਂ ਕਿਸੇ ਸਿੱਖ ਦਾ ਸੀਸ ਉਹਦੇ ਸਾਹਮਣੇ ਇਸ ਤਰ੍ਹਾਂ ਝੁਕਿਆ ਹੋਇਆ ਕਿਸੇ ਨੇ ਦੇਖਿਆ ਨਹੀਂ। ਸਿੱਖ ਜਿਉਂਦਿਆਂ ਜੀ ਕਿਸੇ ਨੂੰ ਆਪਣਾ ਸੀਸ ਝੁਕਾਉਂਦਾ ਹੀ ਨਹੀਂ। ਉੱਤੇ ਤੇ ਗੁਰੂ ਕੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਵੀ ਉਹਦੇ ਸਾਹਮਣੇ ਨਹੀਂ ਰਹਿਣ ਦਿੱਤਾ, ਕਲਗੀਧਰ ਪਾਤਸ਼ਾਹ ਤਾਂ ਕਿਵੇਂ ਸੀਸ ਲੈ ਸਕਦਾ ਸੀ? ਇੱਕ ਹੋਰ ਬੇਨਤੀ ਕਰਨੀ ਇਤਿਹਾਸ ਦੇ ਵਿੱਚੋਂ ਹੀ। ਉੱਥੇ ਗੁਰਦੇਵ ਜੀ ਦੇ ਨਾਲ ਮਾਛੀਵਾੜ ਦੇ ਜੰਗਲਾਂ ਵਿੱਚ ਪੰਜਾਬਾ ਅਤੇ ਗੁਲਾਬਾ ਉਹਨਾਂ ਦੇ ਘਰ ਵਿੱਚ ਸਤਿਗੁਰੂ ਜੀ ਠਹਿਰਦੇ ਹਨ। ਪਹਿਲਾਂ ਤਾਂ ਸੇਵਾ ਕੀਤੀ, ਬਾਅਦ ਵਿੱਚ ਥੋੜ੍ਹਾ ਜਿਹਾ ਡਰ ਗਏ, ਘਬਰਾ ਗਏ ਕਿ ਗੁਰੂ ਸਾਹਿਬ ਜੀ ਸਾਡੇ ਘਰ ਵਿੱਚ ਆ ਗਏ, ਕਿਤੇ ਫੌਜਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਸਾਰੇ ਪਰਿਵਾਰ ਨੂੰ ਖਤਮ ਕਰ ਦੇਣਾ, ਕਿ ਅਸੀਂ ਇਹਨਾਂ ਨੂੰ ਪਨਾਹ ਕਿਉਂ ਦਿੱਤੀ ਹੈ? ਕੰਬਦੇ ਹੱਥਾਂ ਦੇ ਨਾਲ ਸਿੱਖ ਉੱਤੇ ਗੁਰੂ ਸਾਹਿਬ ਜੀ ਦੀ ਸੇਵਾ ਕਰ ਰਹੇ ਹਨ, ਪਰ ਗੁਰੂ ਤੇ ਜਾਣ ਗਿਆ ਕਿ ਇਹਦੀ ਸੇਵਾ ਕਿਹੋ ਜੀ ਹੈ। ਉੱਥੇ ਫਿਰ ਪੰਜਾਬੀ ਦਾ ਹੱਥ ਪਕੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ, ਪੰਜਾਬੀਆ ਪੁੱਤਰ ਆਨੰਦਪੁਰ ਵਿੱਚ ਕਈ ਸਾਲ ਬਤੀਤ ਕੀਤੇ, ਜਦੋਂ ਉੱਥੇ ਬੇਗਾਨਿਆਂ ਨੇ ਝੂਠੀਆਂ ਕਸਮਾਂ ਖਾਧੀਆਂ, ਮੈਂ ਤਾਂ ਵੀ ਆਨੰਦਪੁਰ ਸਾਹਿਬ ਛੱਡ ਕੇ ਆਇਆ, ਮੈਂ ਤਾਂ ਆਨੰਦਪੁਰ ਵੀ ਨਹੀਂ ਰਿਹਾ, ਆਪਣਾ ਘਰ ਵੀ ਛੱਡ ਕੇ ਆ ਗਿਆ, ਆਪਣਿਆਂ ਨੇ ਸੋਹਾਂ ਖਾਧੀਆਂ, ਵਾਹਿਗੁਰੂ ਬੇਗਾਨਿਆਂ ਨੇ ਸੋਹਾਂ ਖਾਧੀਆਂ, ਆਨੰਦਪੁਰ ਸਾਹਿਬ ਛੱਡ ਕੇ ਆ ਗਿਆ। ਜਦੋਂ ਮੈਨੂੰ ਆਪਣਿਆਂ ਨੇ ਗੜੀ ਦੇ ਵਿੱਚ ਹੁਕਮ ਕੀਤਾ, ਮੈਂ ਆਪਣਿਆਂ ਦੇ ਕਹਿਣ 'ਤੇ ਗੜੀ ਵੀ ਛੱਡ ਆਇਆ। ਬੇਗਾਨਿਆਂ ਦੇ ਕਹਿਣ 'ਤੇ ਆਨੰਦਪੁਰ, ਆਪਣਿਆਂ ਦੇ ਕਹਿਣ 'ਤੇ ਗੜੀ ਛੱਡ ਕੇ ਆਇਆ, ਰਹਿਣਾ ਮੈਂ ਤੇਰੇ ਘਰ ਵੀ ਨਹੀਂ, ਤੇਰਾ ਘਰ ਵੀ ਛੱਡ ਜਾਣਾ ਹੈ, ਮਾਛੀਵਾੜਾ ਵੀ ਛੱਡ ਜਾਣਾ, ਕਿਤੇ ਵੀ ਨਹੀਂ ਰਹੀ ਕਲਗੀਧਰ ਪਾਤਸ਼ਾਹ, ਕਿਤੇ ਵੀ ਨਹੀਂ ਰਹੀ। ਅਤੇ ਦੇਖੋ ਇੱਕ ਹੋਰ ਸੁਣਿਓ ਬੇਨਤੀ, ਜੇ ਆਪਾਂ ਕਹੀਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਰਹੇ, ਉੱਥੋਂ ਵੀ ਆ ਗਏ, ਪਟਨਾ ਸਾਹਿਬ ਜਨਮ ਲਿਆ ਗੁਰੂ ਸਾਹਿਬ ਜੀ ਨੇ, ਉੱਥੋਂ ਵੀ ਆ ਗਏ, ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਹੇ, ਉੱਥੋਂ ਵੀ ਆ ਗਏ, ਗੜੀ ਵਿੱਚ ਵੀ ਨਹੀਂ ਜ਼ਿਆਦਾ ਸਮਾਂ ਰਹੇ, ਉੱਥੇ ਵੀ ਇੱਕ ਦੋ ਦਿਨ ਦੀ ਕਹਾਣੀ, ਉੱਥੋਂ ਵੀ ਆ ਗਏ।
ਮਾਚੀਵਾੜ ਦੇ ਜੰਗਲਾਂ ਦੀ ਗੱਲ ਕਰੀਏ, ਉੱਥੇ ਵੀ 3 ਦਿਨ ਗੁਰੂ ਸਾਹਿਬ ਜੀ ਬਤੀਤ ਕਰਦੇ ਹਨ। ਦਿਨੇ ਕਾਂਗੜ ਗਏ ਗਣੀ ਖਾਨ ਨਬੀ ਖਾਨ ਨਾਲ, ਉੱਥੇ ਵੀ ਜ਼ਿਆਦਾ ਸਮਾਂ ਨਹੀਂ ਰਹੇ। ਰਹਿੰਦਿਆਂ ਕਿੱਥੇ ਹੈ ਗੁਰੂ? ਇੱਕ ਸਵਾਲ ਹੈ ਸਮੁੱਚੇ ਸਿੱਖ ਪੰਥ ਕੌਮ ਦਾ, ਇੱਕ ਸਵਾਲ ਹੈ ਗੁਰੂ ਰਹਿੰਦਾ ਕਿੱਥੇ ਹੈ, ਕਿੱਥੇ ਜਾ ਕੇ ਰਹੇ? ਅਖੀਰ ਵਿੱਚ ਉੱਥੇ ਪ੍ਰਾਣ ਤਿਆਗੇ, ਉੱਥੇ ਜੋਤੀ ਜੋਤ ਸਮਾਏ, ਜਿੱਥੇ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਕੇ ਇੱਕ ਬਚਨ ਕੀਤਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਸਿਰਫ ਗ੍ਰੰਥ ਵਿੱਚ ਹੀ ਸਮਾ ਗਿਆ। ਜੇ ਸਿੱਖ ਅੱਜ ਮੜੀਆਂ ਤੇ ਕਬਰਾਂ ਤੇ ਵੱਖ ਵੱਖ ਸਥਾਨਾਂ ਤੇ ਕਿਤੇ ਕਿਤੇ ਲੱਭਣ ਦੀ ਕੋਸ਼ਿਸ਼ ਕਰੇ ਕਿ ਮੈਨੂੰ ਇੱਥੇ ਗੁਰੂ ਦੇ ਦਰਸ਼ਨ ਹੋਣਗੇ, ਕਦਾ ਕਿਤੇ ਨਹੀਂ ਹੋਣਗੇ। ਜੋ ਪ੍ਰਭ ਕੋ ਮਿਲ ਬੋਝ ਹੈ, ਖੋਜ ਸ਼ਬਦ ਮੈਲੇ, ਸਿੱਖ ਦਾ ਗੁਰੂ ਬੈਠਾ ਹੀ ਸ਼ਬਦ ਵਿੱਚ ਹੈ। ਅਸੀਂ ਭੁਲੇਖਿਆਂ ਵਿੱਚ ਆ ਸਿੱਖੋ, ਸਾਡਾ ਗੁਰੂ ਹੋਰ ਕਿਤੇ ਜਾ ਹੀ ਨਹੀਂ ਸਕਦਾ। ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਬਸ ਸਮਝ ਲਓ ਕਿ ਇੱਥੇ ਮੇਰਾ ਗੁਰੂ ਸੁਭਾਇਮਾਨ ਹੈ। ਅਨੰਦਪੁਰ ਵਿੱਚ ਜੇ ਪ੍ਰਕਾਸ਼ ਗੜੀ ਦੇ ਵਿੱਚ ਅੱਜ ਗੁਰਦੁਆਰਾ ਸਾਹਿਬ ਉੱਥੇ ਕਿੰਨੇ ਹੀ ਬਣੇ ਹੋਏ, ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਅੱਜ ਕੈਨੇਡਾ ਵਿੱਚ, ਵਿਦੇਸ਼ਾਂ ਵਿੱਚ, ਥਾਂ ਥਾਂ ਤੇ ਜਿੱਥੇ ਜਾਏ ਵੈ ਮੇਰਾ ਸਤਿਗੁਰੂ, ਸੋ ਥਾਲ ਸੁਹਾਵਾ ਰਾਮ ਰਾਜੇ। ਤੇ ਇੱਕ ਬਚਨ ਹੋਰ ਕੀਤਾ ਸੀ, ਇਹ ਵੀ ਸੁਣ ਲਿਓ। ਸਮਾਂ ਵੀ ਇਹੋ ਜਿਹਾ ਆ ਗਿਆ ਸੀ ਜਦੋਂ ਸਿੱਖਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਦੇਖਦਿਆਂ ਸਾਰ ਗੋਲੀ ਮਾਰ ਦਿਓ, ਇਹਨਾਂ ਦੇ ਸਿਰਾਂ ਦੇ ਮੁੱਲ ਪੈ ਜਾਣਗੇ, ਇਹਨਾਂ ਨੂੰ ਗੁਰਦੁਆਰਿਆਂ ਨੂੰ ਉਸਾਰੀ ਦਾ ਮੌਕਾ ਨਾ ਦਿੱਤਾ ਜਾਵੇ, ਅੰਮ੍ਰਿਤ ਸੰਚਾਰ ਨਾ ਖਾਲਸਾ ਕਰ ਸਕੇ। ਸਿੱਖਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਕਿ ਇਕੱਠੇ ਹੋ ਕੇ ਕਿਤੇ ਲੰਗਰ ਨਹੀਂ ਚਲਾ ਸਕਦੇ, ਹਰੇਕ ਗੱਲ ਉੱਤੇ 5 ਸਿੱਖ ਇਕੱਠੇ ਨਾ ਹੋਣ ਦਿਓ। ਜਿਹੜਾ ਖਬਰ ਦੇਵੇਗਾ ਉਹਨਾਂ ਨੂੰ ਵੱਡੀਆਂ ਰਕਮਾਂ ਮਿਲਣਗੀਆਂ, ਚੰਗਾ ਇਨਾਮ ਮਿਲੇਗਾ। ਉੱਥੇ ਕਿੱਥੇ ਉਹਨਾਂ ਨੇ ਪ੍ਰਕਾਸ਼ ਰਹਿਣ ਦੇਣਾ ਸੀ? ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਹੁੰਦਾ ਸੀ, ਮੱਸੇ ਰੰਗੜ ਵਰਗਿਆਂ ਨੇ ਉੱਥੇ ਪ੍ਰਕਾਸ਼ ਰਹਿਣ ਦਿੱਤਾ ਕੋਈ? ਕਿੰਨੀਆਂ ਐਸੀਆਂ ਥਾਵਾਂ, ਕਿੰਨੀਆਂ ਐਸੀਆਂ ਥਾਵਾਂ ਸਨ ਜਿੱਥੇ ਕਤਲੋ ਗਾਰਤ ਹੋਈ, ਗੁਰੂ ਕੇ ਸਿੰਘਾਂ ਸ਼ਹੀਦਾਂ ਮੁਰੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਪ੍ਰਕਾਸ਼ ਵੀ ਨਹੀਂ ਹੋਇਆ ਕਈ ਥਾਵਾਂ ਤੇ। ਤੇ ਪਿਛਲੇ ਸਾਲਾਂ ਵਿੱਚ ਤੁਸੀਂ ਸੁਣਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿੰਨੀਆਂ ਥਾਵਾਂ ਤੇ ਬੇਦਬੀ ਹੋਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਸਾੜੇ ਗਏ। ਇਹ ਵੀ ਬੇਨਤੀ ਕਰਨੀ ਹੈ, ਸਮਾਂ ਸੀਮਤ ਹੁੰਦਾ ਹੈ, ਕਈ ਵਾਰੀ ਬੇਨਤੀ ਦੇਖੋ ਕਿ ਜੇ ਆਪਾਂ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਾਰੇ ਭਗਤਾਂ ਦੀ ਬਾਣੀ ਹੈ, ਤਾਂ ਇੱਕ ਮਿੰਟ ਸੁਣਿਓ, ਅਸੀਂ ਦੱਸ ਨਹੀਂ ਸਕੇ ਚੰਗੀ ਤਰ੍ਹਾਂ ਤੁਸੀਂ ਕਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਕਰ ਰਹੇ ਹੋ, ਕਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅੱਗ ਦੇ ਵਿੱਚ ਝੋਕ ਰਹੇ ਹੋ, ਗਲੀਆਂ ਦੇ ਵਿੱਚ ਪੱਤਰੇ ਬਖੇਰ ਰਹੇ ਹੋ। ਤੁਹਾਨੂੰ ਨਹੀਂ ਪਤਾ ਇਹਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਤੇ ਉਹਨਾਂ ਦੇ ਸ਼ਗਿਰਦ ਬਿਰਧ ਦੀ ਗਾਥਾ ਕਰਦਾ ਹੈ, ਤੁਸੀਂ ਤੇ ਆਪਣੇ ਕ੍ਰਿਸ਼ਨ ਦੀ ਬੇਨਤੀ ਕੀਤੀ ਹੈ। ਰਾਜਨ ਕੌਣ ਤੁਮਾਰੈ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ। ਤੁਸੀਂ ਤੇ ਆਪਣੇ ਕ੍ਰਿਸ਼ਨ ਜੀ ਦੀ ਵੀ ਲਾਜ ਨਹੀਂ ਰੱਖੀ। ਆਪਾਂ ਇੱਕ ਕੌਮ ਤੇ ਤੋਹਮਤ ਨਹੀਂ ਲਾ ਰਹੇ, ਪਰ ਸੋਚਣ ਵਾਲੀ ਗੱਲ ਹੈ ਨਾ, ਜੇ ਉਹਨਾਂ ਨੂੰ ਦੱਸਿਆ ਹੁੰਦਾ ਵੀ ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸ਼੍ਰੀ ਕ੍ਰਿਸ਼ਨ ਜੀ ਤੇ ਬਿਦਰ ਦੀ ਸਾਖੀ ਨੂੰ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ, ਉਸ ਛਿਜਦੇ ਕਰਨਗੇ, ਇਹਦੀ ਬੇਦਬੀ ਨਹੀਂ ਕਰਨਗੇ। ਜੇ ਅਸੀਂ ਦੱਸਿਆ ਹੋਵੇ, ਆਪ ਨੂੰ ਪਤਾ ਹੋਵੇ ਜੀ, ਤਾਂ ਹੀ ਅਸੀਂ ਕੀ ਦੱਸ ਸਕਦੇ ਹਾਂ। ਜੇ ਅਸੀਂ ਦੱਸ ਸਕੀਏ ਵੀ ਤੁਸੀਂ ਕਿਹਦੀ ਬੇਦਬੀ ਕਰਦੇ ਹੋ, ਇੱਥੇ ਤੇ ਬਾਬਾ ਫਰੀਦ ਜੀ ਕਹਿੰਦੇ ਹਨ, ਉੱਠ ਫਰੀਦਾ ਉਜੂ ਸਾਗ ਸੁਬਹ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾ। ਇੱਥੇ ਤਾਂ ਉਹ ਹੈ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਬੰਦੇ। ਕਬੀਰ ਅੱਲਾ ਕੀ ਕਰ ਬੰਦਗੀ, ਪੰਜ ਨਿਵਾਜਾ ਵਖਤ ਪੰਜ, ਪੰਜਾ ਪੰਜੇ ਨੌ, ਕਿੰਨੇ ਸ਼ਬਦ ਐਸੇ। ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕਰਕੇ ਆਪਣੀ ਨਿਵਾਜਾਂ ਦੀ, ਅੱਲਾ ਦੇ ਨਾਮ ਦੀ, ਉਜੂ ਸਾਜ ਇਹੋ ਜਿਹੀ ਕਿਰਿਆਵਾਂ ਦੀ ਵੀ ਬੇਦਬੀ ਕੀਤੀ ਹੈ। ਜੇ ਅਸੀਂ ਦੱਸਿਆ ਹੋਵੇ ਕਿਵੇਂ ਕੋਈ ਸੰਸਾਰ ਦਾ ਬੰਦਾ ਇਸ ਗ੍ਰੰਥ ਦੀ ਬੇਦਬੀ ਕਰ ਸਕਦਾ ਹੈ। ਮਤਲਬ ਕੋਈ ਸਮਾਂ ਐਸਾ ਵੀ ਆਇਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਵੀ ਨਹੀਂ ਹੋਣ ਦਿੱਤੇ, ਸਿੱਖ ਹੀ ਨਾ ਦਿਸੇ ਕਿਸੇ ਨੂੰ, ਪਿੰਡਾਂ ਨਗਰਾਂ ਦੇ ਵਿੱਚ ਨਾਕਾਬੰਦੀ ਕਰਕੇ ਕਤਲ ਕਰ ਦਿਓ, ਪ੍ਰਕਾਸ਼ ਵੀ ਨਹੀਂ ਹੋਇਆ। ਬੇਨਤੀ ਇਹ ਕੀਤੀ ਜਿੱਥੇ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਉੱਥੇ ਕਲਗੀਧਰ ਪਾਤਸ਼ਾਹ ਸਮਾ ਗਏ ਹਨ। ਪਰ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਹੀ ਨਾ ਰਹੇ, ਗੁਰਦੁਆਰਿਆਂ ਤੇ ਕਬਜ਼ੇ ਹੋ ਗਏ, ਪ੍ਰਕਾਸ਼ ਵੀ ਨਹੀਂ ਹੋਣ ਦਿੱਤਾ, ਹੁਣ ਕਿੱਥੇ ਹੈ ਗੁਰੂ? ਹੁਣ ਗੁਰੂ ਕਿੱਥੇ ਆ? ਉੱਥੇ ਪ੍ਰਕਾਸ਼ ਵੀ ਨਹੀਂ ਹੋਣ ਦਿੱਤਾ, ਬੇਦਬੀਆਂ ਵੀ ਹੋ ਗਈਆਂ ਸਨ, ਗੁਰਦੁਆਰਿਆਂ ਦੇ ਉੱਤੇ ਦੂਜੇ ਆ ਕੇ ਕਾਬਜ਼ ਹੋ ਗਏ ਸਨ, ਉਹਨਾਂ ਨੇ ਆਪਣੇ ਡੇਰੇ ਬਣਾ ਕੇ ਸਾਡੀ ਮਰਿਆਦਾਵਾਂ ਦੇ ਵਿੱਚ ਰੁਕਾਵਟਾਂ ਪਾਈਆਂ, ਹੁਣ ਗੁਰੂ ਕਿੱਥੇ ਹੈ? ਤੇ ਗੁਰੂ ਨੇ ਕਿਹਾ ਸੀ ਕਿਸੇ ਅਸਥਾਨ
ਕਿਸੇ ਥਾਂ ਦੇ ਮੁਥਾਜ ਨਾ ਰਹੋ। ਜੇ ਸੰਸਾਰ ਅੰਦਰ ਇੱਕ ਵੀ ਖਾਲਸਾ ਮੌਜੂਦ ਹੈ ਨਾ, ਉਦੋਂ ਵੀ ਮੈਂ ਮੌਜੂਦ ਹੋਵਾਂਗਾ, ਕਿਉਂਕਿ ਸਾਹਿਬ ਦਾ ਬਚਨ ਹੈ ਉੱਥੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ। ਮੈਂ ਤੇ ਖਾਲਸੇ ਦੇ ਵਿੱਚ ਰਹਿੰਦਾ, ਮੈਂ ਤੇ ਸ਼ਬਦ ਬਾਣੀ ਦੇ ਵਿੱਚ ਰਹਿੰਦਾ, ਜਿੱਥੋਂ ਕਿਸੇ ਨੂੰ, ਜਿੱਥੋਂ ਮੈਨੂੰ ਕੋਈ ਕੱਢ ਨਹੀਂ ਸਕਦਾ। ਤੇ ਖਾਲਸੇ ਵਿੱਚੋਂ ਕਲਗੀਧਰ ਪਾਤਸ਼ਾਹ ਨੂੰ ਕੱਢਿਆ ਨਹੀਂ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਕਲਗੀਧਰ ਪਾਤਸ਼ਾਹ ਨੂੰ ਕੱਢਿਆ ਨਹੀਂ ਜਾ ਸਕਦਾ। ਅਖੀਰ ਵਿੱਚ ਇੱਕ ਹੋਰ ਬੇਨਤੀ ਕਰਨੀ, ਦੇਖੋ ਸਾਲ ਨਵੇਂ ਆਉਂਦੇ ਹਨ, ਰਾਤ ਵੀ ਬੇਨਤੀ ਕੀਤੀ, ਪੁਰਾਣੇ ਹੋ ਕੇ ਚਲੇ ਜਾਂਦੇ ਹਨ। ਪਿਛਲੇ ਸਾਲ ਅਸੀਂ 2016 ਦੀ ਉਡੀਕ ਵਿੱਚ ਬੈਠੇ ਸੀ, 16 ਵੀ ਲੰਘ ਗਿਆ, ਹੁਣ ਅਸੀਂ 17 ਮਨਾ ਰਹੇ ਹਾਂ, ਅਗਲੇ ਸਾਲ ਇਹਨੂੰ ਵੀ ਪੁਰਾਣਾ ਕਹਿ ਕੇ ਲੱਤ ਮਾਰ ਕੇ ਪਿੱਛੇ ਕਰ ਦੇਣਾ, ਤੇ 18 ਦੀ ਉਡੀਕ ਵਿੱਚ ਬੈਠਾਂਗੇ, ਹੋਰ ਅੱਗੇ ਆਉਂਦੇ ਜਾਣਗੇ। ਮਤਲਬ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜੋ ਦਿਨ ਆਵੇ ਸੋ ਦਿਨ ਜਾਹੀ ਰਹਿਣਾ ਕੂਚ, ਕੁਝ ਵੀ ਸੰਗ ਨਹੀਂ ਹੈ, ਕਰਨਾ ਕੂਚ ਰਹਿਣ ਫਿਰ ਨਾਹੀ, ਸੰਗ ਚਲਤ ਹੈ ਹਮ ਵੀ ਚੱਲਣਾ। ਜਿਵੇਂ ਸਾਲ ਜਾਂਦੇ, ਹਫ਼ਤੇ ਜਾਂਦੇ, ਮਹੀਨੇ ਜਾਂਦੇ, ਇਸ ਤਰ੍ਹਾਂ ਅਸੀਂ ਵੀ ਚਲੇ ਜਾਣਾ। ਪਰ ਰਹਿਣਾ ਕਿਵੇਂ ਹੈ? ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਸਾਹਿਬ ਬਾਣੀ ਵਿੱਚ ਕਹਿੰਦੇ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਵਿਨਾਸ਼ੀ, ਨਾ ਰੱਬ ਮਿਟਦਾ ਨਾ ਰੱਬ ਦਾ ਬੰਦਾ ਮਿਟਦਾ, ਗੁਰੂ ਵੀ ਨਹੀਂ ਮਿਟਦਾ, ਬਾਣੀ ਵੀ ਨਹੀਂ ਮਿਟਦੀ, ਸ਼ਬਦ ਨਹੀਂ ਮਿਟਦਾ। ਉਹਨੂੰ ਨਵਾਂ ਕਰਕੇ ਮੰਨੀਏ, ਸਾਂਝ ਅਸੀਂ ਦਿਨਾਂ ਦੇ ਨਾਲ ਪਾ ਕੇ ਕਿਤੇ ਗੁਰੂ ਨਾ ਵਿਸਾਰ ਦੇਈਏ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਗੁਰੂ ਨਵਾਂ ਹੈ, ਹੋਰ ਕੁਝ ਵੀ ਨਵਾਂ ਨਹੀਂ ਹੈ, ਹੋਰ ਕੁਝ ਵੀ ਨਵਾਂ ਨਹੀਂ, ਸਭ ਕੁਝ ਆ ਕੇ ਜਾਈ ਜਾਣਾ, ਜੁਗੋ ਜੁਗ ਟਾਲਿਕ ਗੁਰੂ ਹੀ ਰਹਿਣਾ ਹੈ। ਇਹਨਾਂ ਬੇਨਤੀ ਨੂੰ ਪੱਲੇ ਬੰਨਿਓ। ਤੇ ਦੇਖੋ ਇੱਕ ਰਾਤ ਬੇਨਤੀ ਹੋਰ ਕੀਤੀ ਸੰਗਤ ਦੇ ਵਿੱਚ, ਹੁਣ ਸੰਗਤ ਕਾਫੀ ਹੈ, ਉਹ ਬੇਨਤੀ ਜ਼ਰੂਰੀ ਹੈ। ਸਾਰਾ ਸਾਲ ਅਸੀਂ ਕਈ ਫੰਕਸ਼ਨ ਮਨਾਉਂਦੇ ਹਾਂ, ਖੁਸ਼ੀ ਦੇ, ਗਮੀ ਦੇ, ਜਨਮ ਦਿਨ, ਕਿਸੇ ਦਾ ਜਨਮ ਹੋਇਆ, ਵਿਆਹ ਦਾ ਕੋਈ ਵੀ, ਜਾਂ ਫਿਰ ਗੁਰਪੁਰਬ ਮਨਾਏ ਗਏ। ਸਾਰਾ ਸਾਲ ਲਗਭਗ ਆਪਾਂ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਵੇਖਦੇ ਹਾਂ, ਤੇ ਸਾਰੇ ਸਾਲ ਦੇ ਅਖੀਰ ਵਿੱਚ ਅਸੀਂ ਕਿਹੜਾ ਪੁਰਬ ਮਨਾਉਂਦੇ ਹਾਂ, ਅਸੀਂ ਕਿੱਥੇ ਜਾ ਕੇ ਰੁਕਦੇ ਹਾਂ, ਵੀ ਹੁਣ ਸਾਲ ਸਾਡਾ ਸਮਾਪਤ ਹੋਣ ਜਾ ਰਿਹਾ, ਉਦੋਂ ਕਿਹੜਾ ਪੁਰਬ ਮਨਾਇਆ ਜਾਂਦਾ? ਹੈਰਾਨ ਹੋਵੋਗੇ, ਉਦੋਂ ਮਨਾਇਆ ਜਾਂਦਾ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪੁਰਬ। ਸਾਰਾ ਸਾਲ ਘੁੰਮ ਕੇ ਦੇਖੋ ਅਸੀਂ ਖੜ੍ਹਦੇ ਕਿੱਥੇ ਹਾਂ, ਮਤਲਬ ਸਾਨੂੰ ਯਾਦ ਦਿਵਾਇਆ ਜਾਂਦਾ ਵੀ ਜਿੱਥੇ ਮਰਜ਼ੀ ਉਤਰਾਅ ਚੜ੍ਹਾਅ, ਖੁਸ਼ੀ ਗਮੀ, ਵਿਆਹ ਸ਼ਾਦੀਆਂ, ਬਰਕਤਾਂ, ਸਭ ਕੁਝ ਚੱਲਦਾ ਰਹਿਣਾ ਹੈ। ਪਰ ਇਹਨਾਂ ਸਾਹਿਬਜ਼ਾਦਿਆਂ ਨੂੰ ਕਦੇ ਭੁੱਲਿਓ ਨਾ, ਇਹਨਾਂ ਨੇ ਤੁਹਾਡੇ ਵਾਸਤੇ ਆਪਾ ਵਾਰਿਆ, ਆਪਣੇ ਘਰ ਨੂੰ ਛੱਡਿਆ, ਮਾਤਾ ਪਿਤਾ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਤੱਕ ਨੂੰ ਤੋਰਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੇ ਆਪਣੀ ਜਵਾਨੀਆਂ ਵਾਰੀਆਂ, ਬਚਪਨ ਵਾਰਿਆ, ਇਹਨਾਂ ਨੂੰ ਕਿਤੇ ਭੁੱਲਣਾ ਚਾਹੀਦਾ। ਸਾਰੇ ਸਾਲ ਦੇ ਅਖੀਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨਾਈ ਜਾਂਦੀ ਹੈ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਹੁਣ ਜਦੋਂ ਸਾਲ ਚੜ੍ਹ ਗਿਆ, ਸਾਲ ਚੜ੍ਹ ਗਿਆ, ਬਾਕੀ ਫੰਕਸ਼ਨ ਬਾਅਦ ਵਿੱਚ, ਸਭ ਤੋਂ ਪਹਿਲਾਂ ਕਿਹੜਾ ਪੁਰਬ ਮਨਾਵਾਂਗੇ ਆਪਾਂ? 5 ਤਰੀਕ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। 5 ਤਰੀਕ ਜਨਵਰੀ ਦੇ ਮਹੀਨੇ ਪਹਿਲੀਆਂ ਤਰੀਕਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁਰਬ ਮਨਾਇਆ ਜਾਂਦਾ, ਦਸੰਬਰ ਦੇ ਮਹੀਨੇ ਅਖੀਰਲੀਆਂ ਤਰੀਕਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਮਨਾਇਆ ਜਾਂਦਾ। ਇਹਦਾ ਮਤਲਬ ਹੈ ਗੁਰੂ ਸਾਹਿਬ ਜੀ ਸਾਨੂੰ ਬਾਣੀ ਦੇ ਨਾਲ, ਇਤਿਹਾਸ ਦੇ ਨਾਲ, ਸ਼ਹੀਦਾਂ ਮੁਰੀਦਾਂ ਨਾਲ ਜੁੜ ਰਹੇ ਹਨ ਕਿ ਅਸੀਂ ਕਿਤੇ ਮਰਜ਼ੀ ਰਹੀਏ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਆਪ ਸਾਰੀਆਂ ਸੰਗਤਾਂ ਨੂੰ ਪ੍ਰੇਮ ਬਖਸ਼ੇ, ਗੁਰੂ ਘਰ ਨਾਲ ਪ੍ਰੇਮ ਅਤੇ ਨਾਲ ਲੋੜ ਹੈ ਸਿੱਖੀ ਸਰੂਪ ਦੀ, ਅੰਮ੍ਰਿਤ ਦੀ ਦਾਤ ਦੀ, ਪੰਜਾਂ ਬਾਣੀਆਂ ਦੇ ਨਾਲ ਅਸੀਂ ਸਾਂਝ ਪਾ ਸਕੀਏ, ਗੁਰੂ ਦਰ ਦੀ ਜੋ ਸਮਾਂ ਕੱਢ ਕੇ ਅਸੀਂ ਸੇਵਾ ਕਰ ਸਕੀਏ। ਇੱਥੇ ਬੈਠਣਾ ਸਾਡੇ ਲਈ ਬਹੁਤ ਵੱਡੇ ਭਾਗਾਂ ਦੀ ਗੱਲ ਹੈ ਅਤੇ ਨਾਲ ਸਾਡੀ ਅਣਖ ਦੀ ਨਿਸ਼ਾਨੀ ਹੈ, ਕਿਉਂਕਿ ਕਦੇ ਸਿੱਖਾਂ ਨੂੰ ਇਕੱਠਿਆਂ ਨਹੀਂ ਹੋਣ ਦਿੱਤਾ ਜਾ ਰਿਹਾ ਸੀ, ਅੱਜ ਅਸੀਂ ਮਾਣ ਦੇ ਨਾਲ ਗੁਰੂ ਘਰ ਵਿੱਚ ਇਕੱਠੇ ਹੋ ਕੇ ਸੱਚ ਦੀ ਬਾਤ ਪਾ ਸਕਦੇ ਹਾਂ, ਵਾਹਿਗੁਰੂ ਦਾ ਸ਼ੁਕਰਾਨਾ ਕਰ ਸਕਦੇ ਹਾਂ। ਕੋਟਾਣ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਕੋਟਾਣ ਕੋਟ ਧੰਨਵਾਦ। ਗੁਰੂ ਕਿਰਪਾ ਕਰੇ, ਸਬੱਤ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਅੰਦਰ ਗੁਰਸਿੱਖੀ ਜੀਵਨ ਦਾਨ, ਨਾਮ ਦੀ ਦਾਤਾਂ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨ, ਬੱਚਿਆਂ ਅੰਦਰ ਵੀ ਜ਼ਰੂਰੀ ਹੈ ਸ੍ਰੀ ਗੁਰਮਤਿ ਦੀ ਦਾਤ, ਉਹਨਾਂ ਨੂੰ ਸ਼ਬਦ ਗੁਰਬਾਣੀ ਕੀਰਤਨ ਲੈਕਚਰ ਵੱਖ ਵੱਖ ਇਹੋ ਜਿਹੇ ਜੋ ਵੀ ਗੁਰੂ ਘਰ ਦੇ ਨਾਲ ਗੁਰੂ ਘਰ ਵਿੱਚੋਂ ਸਿੱਖਿਆਵਾਂ ਮਿਲਦੀਆਂ ਹਨ ਉਹਦੇ ਨਾਲ ਅਸੀਂ ਜੋੜੀਏ, ਤਾਂ ਕਿ ਸਾਡਾ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲਦੇ ਹੋਵੇ। ਹੋਈਆਂ ਭੁੱਲਾਂ ਬਖਸ਼ਣੀਆਂ, ਫਤਿਹ ਦੇ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ।